ਵਾਹਵਾ ਕਲਗੀ ਵਾਲਿਆ ਮੈਂ ਸਦਕੇ ਜਾਵਾਂ, 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 ਮਾਂ ਗੁਜਰੀ ਦਿਆ ਚਾਨਣਾ ਗੁਣ ਤੇਰੇ ਗਾਵਾਂ, 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 ਚਾਨਣਾ ਗੁਣ ਤੇਰੇ ਗਾਵਾਂ, ਮਾਂ ਗੁਜਰੀ ਦਿਆ 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 ਚਾਨਣਾ ਗੁਣ ਤੇਰੇ ਗਾਵਾਂ, ਤੇਰੇ ਦਰਸ਼ਨ ਨੂੰ ਮਨ ਲੋਚਦਾ ਮੈਂ ਔਸੀਆਂ ਪਾਵਾਂ, ਤੇਰੇ ਦਰਸ਼ਨ ਨੂੰ ਮਨ ਲੋਚਦਾ ਮੈਂ ਔਸੀਆਂ ਪਾਵਾਂ, ਤੇਰੇ ਦਰਸ਼ਨ ਨੂੰ ਮਨ ਲੋਚਦਾ ਮੈਂ ਔਸੀਆਂ ਪਾਵਾਂ, ਦਰਸ਼ਨ ਕਰਨ ਨੂੰ ਲੋਚਦਾ ਮੈਂ ਔਸੀਆਂ ਪਾਵਾਂ, ਮਨ ਲੋਚਦਾ ਮੈਂ ਔਸੀਆਂ ਪਾਵਾਂ, ਗੱਜ ਕੇ ਸਾਂ ਦਰਸ਼ਨ ਮਨ ਲੋਚਦਾ ਮੈਂ ਔਸੀਆਂ ਪਾਵਾਂ, ਤੇਰੇ ਦਰਸ਼ਨ ਨੂੰ ਮਨ ਲੋਚਦਾ ਮੈਂ ਔਸੀਆਂ ਪਾਵਾਂ, ਦਰਸ਼ਨ ਨੂੰ ਮਨ ਲੋਚਦਾ ਮੈਂ ਔਸੀਆਂ ਪਾਵਾਂ, ਤੇਰੇ ਦਰਸ਼ਨ ਨੂੰ ਮਨ ਲੋਚਦਾ ਮੈਂ ਔਸੀਆਂ ਪਾਵਾਂ, ਦਰਸ਼ਨ ਨੂੰ ਮਨ ਲੋਚਦਾ ਮੈਂ ਔਸੀਆਂ ਪਾਵਾਂ, ਲੋਚਦਾ ਮੈਂ ਔਸੀਆਂ ਪਾਵਾਂ, ਦਰਸ਼ਨ ਕਰ ਲੋਚਦਾ ਮੈਂ ਔਸੀਆਂ ਪਾਵਾਂ, ਵਾਹਵਾ ਕਲਗੀ ਵਾਲਿਆ ਮੈਂ ਸਦਕੇ ਜਾਵਾਂ, ਵਾਹਵਾ ਕਲਗੀ ਵਾਲਿਆ ਮੈਂ ਸਦਕੇ ਜਾਵਾਂ, ਵਾਹਵਾ ਕਲਗੀ ਵਾਲਿਆ ਮੈਂ ਸਦਕੇ ਜਾਵਾਂ, ਵਾਹਵਾ ਕਲਗੀ ਵਾਹਵਾ ਕਲਗੀਆਂ ਵਾਲਿਆ ਮੈਂ ਸਦਕੇ ਜਾਵਾਂ।
ਕਲਗੀਆਂ ਵਾਲਿਆ ਮੈਂ ਸਦਕੇ ਜਾਵਾਂ। ਪੀਣਾ ਅੰਮ੍ਰਿਤ ਖੰਡੇ ਧਾਰਦਾ ਮੈਂ ਆਨੰਦਪੁਰ ਆਵਾਂ, ਖੰਡੇ ਧਾਰਦਾ ਮੈਂ ਆਨੰਦਪੁਰ ਆਵਾਂ। ਪੀਣਾ ਅੰਮ੍ਰਿਤ ਖੰਡੇ ਧਾਰਦਾ ਮੈਂ ਆਨੰਦਪੁਰ ਆਵਾਂ, ਪੀਣਾ ਅੰਮ੍ਰਿਤ ਖੰਡੇ ਧਾਰਦਾ ਮੈਂ ਆਨੰਦਪੁਰ ਆਵਾਂ, ਪੀਵਾ ਖੰਡੇ ਧਾਰਦਾ ਮੈਂ ਆਨੰਦਪੁਰ ਆਵਾਂ, ਅੰਮ੍ਰਿਤ ਖੰਡੇ ਧਾਰਦਾ ਪੀਣਾ, ਅੰਮ੍ਰਿਤ ਖੰਡੇ ਧਾਰਦਾ ਮੈਂ ਆਨੰਦਪੁਰ ਆਵਾਂ, ਪੀਣਾ ਅੰਮ੍ਰਿਤ ਖੰਡੇ ਧਾਰਦਾ ਮੈਂ ਆਨੰਦਪੁਰ ਆਵਾਂ, ਪੀਣਾ ਅੰਮ੍ਰਿਤ ਖੰਡੇ ਧਾਰਦਾ ਮੈਂ ਆਨੰਦਪੁਰ ਆਵਾਂ, ਪੀਣਾ ਅੰਮ੍ਰਿਤ ਖੰਡੇ ਧਾਰਦਾ ਮੈਂ ਆਨੰਦਪੁਰ ਆਵਾਂ, ਖੰਡੇ ਧਾਰਦਾ ਮੈਂ ਆਨੰਦਪੁਰ ਜਾਵਾਂ, ਧਾਰਦਾ ਮੈਂ ਆਨੰਦਪੁਰ ਜਾਵਾਂ, ਬਾਬਾ ਕਲਗੀ ਵਾਲਿਆ ਮੈਂ ਸਦਕੇ ਜਾਵਾਂ, ਓ ਬਾਬਾ ਕਲਗੀ ਵਾਲਿਆ ਮੈਂ ਸਦਕੇ ਜਾਵਾਂ, ਬਾਬਾ ਕਲਗੀ ਵਾਲਿਆ ਮੈਂ ਸਦਕੇ ਜਾਵਾਂ, ਵਾਹਵਾ ਕਲਗੀ ਵਾਲਿਆ ਮੈਂ ਸਦਕੇ ਜਾਵਾਂ, ਵਾਹਵਾ ਕਲਗੀਆਂ ਵਾਲਿਆ ਮੈਂ ਸਦਕੇ ਜਾਵਾਂ, ਵਾਹਵਾ ਕਲਗੀਆਂ ਵਾਲਿਆ ਮੈਂ ਸਦਕੇ ਜਾਵਾਂ, ਓ ਮਾਂ ਗੁਜਰੀ ਦਿਆ ਚਾਨਣਾ ਗੁਣ ਤੇਰੇ ਗਾਵਾਂ, ਮਾਂ ਗੁਜਰੀ ਦਿਆ ਚਾਨਣਾ ਗੁਣ ਤੇਰੇ ਗਾਵਾਂ, ਮਾਗੁਰੀ ਦੇ ਚਾਨਣਾ ਗੁਣ ਤੇਰੇ ਗਾਵਾਂ, ਮਾਗੁਰੀ ਦੇ ਚਾਨਣਾ ਗੁਣ ਤੇਰੇ ਗਾਵਾਂ, ਮਾਗੁਰੀ ਦੇ ਚਾਨਣਾ ਗੁਣ ਤੇਰੇ ਗਾਵਾਂ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ, ਬਾਦਸ਼ਾਹ ਦਰਵੇਸ਼ ਗੁਰੂ ਹੱਕ ਹੱਕ ਦੇਸ਼ ਗੁਰੂ ਗੋਬਿੰਦ ਸਿੰਘ ਜੀ, 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 ਬਾਦਸ਼ਾਹ ਦਰਵੇਸ਼ 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 ਗੁਰੂ ਗੋਬਿੰਦ ਸਿੰਘ ਜੀ, ਬਾਦਸ਼ਾਹ ਦਰਵੇਸ਼
ਨਿਰਦੇਸ਼ ਗੁਰੂ ਗੋਬਿੰਦ ਸਿੰਘ ਜੀ, ਤਾਰਸ਼ਾ ਨਿਰਦੇਸ਼ ਗੁਰੂ ਗੋਬਿੰਦ ਸਿੰਘ ਜੀ, ਜੁਮਲਾ ਸਹਿਜੇ ਤੂਰ ਗੁਰ ਗੋਬਿੰਦ ਸਿੰਘ ਜੀ, ਜੁਮਲਾ ਸਹਿਜੇ ਤੂਰ ਗੁਰ ਗੋਬਿੰਦ ਸਿੰਘ ਜੀ, ਬਾਦਸ਼ਾਹ ਦਰਵੇਸ਼ ਗੁਰੂ 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 ਗੋਬਿੰਦ ਸਿੰਘ ਜੀ, ਵਾਹੋ ਵਾਹੋ 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 ਗੋਬਿੰਦ ਸਿੰਘ ਜੀ, ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ, ਕਲਗੀਆਂ ਵਾਲੇ ਗੋਬਿੰਦ ਸਿੰਘ, ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, 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 ਬਾਜਾਂ ਵਾਲੇ ਗੋਬਿੰਦ ਸਿੰਘ, ਬਾਜਾਂ ਵਾਲੇ ਗੋਬਿੰਦ ਸਿੰਘ ਜੀ, ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ, ਪਟਨੇ ਵਾਸੀ ਗੋਬਿੰਦ ਸਿੰਘ ਜੀ, ਪਟਨੇ ਵਾਸੀ ਗੋਬਿੰਦ ਸਿੰਘ ਜੀ, ਪਟਨੇ ਵਾਸੀ ਗੋਬਿੰਦ ਸਿੰਘ, ਪਟਨੇ ਵਾਸੀ ਗੋਬਿੰਦ ਸਿੰਘ, ਪਟਨੇ ਵਾਸੀ ਗੋਬਿੰਦ ਸਿੰਘ ਜੀ, ਪਟਨੇ ਵਾਸੀ ਗੋਬਿੰਦ ਸਿੰਘ ਜੀ, ਕੱਟੀ ਚੁਰਾਸੀ ਗੋਬਿੰਦ ਸਿੰਘ,
ਕੱਟੀ ਚੁਰਾਸੀ ਗੋਬਿੰਦ ਸਿੰਘ ਜੀ, 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 ਵਾਹੋ ਵਾਹੋ 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 ਗੋਬਿੰਦ ਸਿੰਘ ਜੀ, ਮੇਰੇ ਬਾਜਾਂ ਵਾਲੇ ਸ਼ਹਿਨਸ਼ਾਹ ਤੂੰ ਜੋਤ ਅਗੰਮੀ, 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 ਸੱਤ ਧਰਮ ਦੀ ਰੱਖ ਲਈ ਦੇਸ਼ਰਾਂ ਦੀ ਥੰਮੀ, 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 ਤੂੰ ਸ਼ਰਤ ਧਰਮ ਦੀ ਰੱਖ ਲਈ ਦੇਸ਼ਰਾਂ ਦੀ ਥੰਮੀ, ਸ਼ਰਤ ਧਰਮ ਦੀ ਰੱਖ ਲਈ ਦੇਸ਼ਰਾਂ ਦੀ ਥੰਮੀ, ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਮਾਂ ਹਜੇ ਨਾ ਜੰਮੀ, ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਮਾਂ ਹਜੇ ਨਾ ਜੰਮੀ, ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਮਾਂ ਹਜੇ ਨਾ ਜੰਮੀ, ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਮਾਂ ਹਜੇ ਨਾ ਜੰਮੀ, ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਮਾਂ ਹਜੇ ਨਾ ਜੰਮੀ, ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਮਾਂ ਹਜੇ ਨਾ ਜੰਮੀ, ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ, ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ, ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਲੰਮੀ, ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਲੰਮੀ, ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਲੰਮੀ, ਤੇਰੀ ਅੰਬਰ ਕਹਾਣੀ ਪਾਤਸ਼ਾਹ ਹੈ ਬਹੁਤ ਲੰਮੀ, ਮੇਰੇ ਬਾਜਾਂ ਵਾਲੇ ਸ਼ਹਿਨਸ਼ਾਹ ਤੂੰ ਜੋਤ ਅਗੰਮੀ, 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 ਸ਼ਹਿਨਸ਼ਾਹ ਤੂੰ ਜੋਤ ਅਗੰਮੀ, ਮੇਰੇ ਬਾਜਾਂ ਵਾਲੇ ਸ਼ਹਿਨਸ਼ਾਹ।
ਪਾਤਸ਼ਾਹ ਤੂੰ ਜੋਤੀ ਅੰਗਮੀ ਆਓ ਗੁਰੂ ਗੁਰੂ ਰੂਪ ਗੁਰੂ ਪਿਆਰੀ ਸਤਸੰਗ ਜੀਓ ਬਹੁਤ ਵੱਡੇ ਭਾਗਾਂ ਵਾਲੇ ਹਾਂ ਜੋ ਅੱਜ ਬਹੁਤ ਕੀਮਤੀ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ। ਮਹਾਂਪੁਰਸ਼ਾਂ ਦੇ ਅਸਥਾਨ ਤੋਂ ਹਰੇਕ ਸਾਲ ਮਹਾਨ ਨਗਰ ਕੀਰਤਨ ਜੋ ਹਰੇਕ ਸਾਲ ਸਾਧ ਸੰਗਤ ਜੀ ਆਪਣੀ ਮਿਸਾਲ ਆਪ ਹੁੰਦਾ ਪਿਛਲੇ ਸਾਲ ਨਾਲੋਂ ਸੰਗਤਾਂ ਦਾ ਚਾਰ ਗੁਣਾ ਵੱਧ ਉਤਸ਼ਾਹ ਇਸ ਨਗਰ ਕੀਰਤਨ 'ਤੇ ਦੇਖਿਆ। ਸੰਗਤਾਂ ਇਉਂ ਤੁਰਦੀਆਂ ਨਾਲ ਜਿਵੇਂ ਦਸਵੇਂ ਪਾਤਸ਼ਾਹ ਦੇ ਨਾਲ ਸਿੱਖ ਤੁਰਦੇ ਹੋਣ ਨਾ ਜਦੋਂ ਅਨੰਦਪੁਰ ਸਾਹਿਬ ਤੋਂ ਮਹਾਰਾਜ ਤੁਰੇ ਹੋਣਗੇ ਸਵੇਰ ਤੋਂ ਲੈ ਕੇ ਇਤਿਹਾਸ ਤੁਸੀਂ ਇਕੱਲਾ ਇਕੱਲਾ ਸ਼ਬਦ ਸੁਣਿਆ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਆ ਕਿੰਨੀਆਂ ਸੰਗਤਾਂ ਚੱਲ ਰਹੀਆਂ ਨੇ ਸ਼ਰਧਾ ਨਾਲ ਕਈ ਤਾਂ ਮੈਂ ਦੇਖਦਾ ਵੀ ਸਾਰੀ ਦਿਹਾੜੀ ਦੇ ਤੁਰ ਕੇ ਹੀ ਨਾਲ ਤੁਰੇ ਹੋਏ ਤੁਰ ਕੇ ਨਾਲ ਗੱਡੀਆਂ ਤੇ ਨਹੀਂ ਟਰਾਲੀਆਂ ਤੇ ਨਹੀਂ ਨਾਲ ਤੁਰ ਕੇ ਸੰਗਤ ਕਰਨ ਵਾਸਤੇ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੇ ਨਾਲ ਜਾ ਰਹੇ ਨੇ ਇਹ ਪਿਆਰੀ ਹੈ ਨਾ ਇਉਂ ਮੰਨ ਲਓ ਵੀ ਜੇ ਇੱਕ ਇੱਕ ਕਦਮ ਆਪਾਂ ਪੁੱਟਿਆ ਨਾ ਇਹ ਕਦਮ ਆਪਣਾ ਦਰਗਾਹ ਦਾ ਕਦਮ ਹੈ ਭਾਈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਨਗਰ ਕੀਰਤਨ ਤੇ ਜਿਹੜੀ ਆਪਾਂ ਅਰਦਾਸ ਕਰ ਲੈਂਦੇ ਹਾਂ ਨਾ ਮਹਾਰਾਜ ਆਪਣੀ ਪੂਰੀ ਕਰ ਦਿੰਦੇ ਆ ਹਰੇਕ ਸਾਲ ਕਿਉਂਕਿ ਗੁਰੂ ਸਾਹਿਬ ਖੁਸ਼ੀ 'ਚ ਨੇ ਆ ਦੇਖ ਲਓ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮੇਰੇ ਸੱਚੇ ਪਾਤਸ਼ਾਹ ਆਏ ਚੱਲ ਆਈਆਂ ਨਾਲ ਬੁਹਾਰਾ ਸੱਚੇ ਪਾਤਸ਼ਾਹ ਆਏ ਚੱਲ ਆਈਆਂ ਨਾਲ ਬੁਹਾਰਾ ਮੇਰੇ ਸੱਚੇ ਪਾਤਸ਼ਾਹ ਆਏ ਚੱਲ ਆਈਆਂ ਨਾਲ ਬੁਹਾਰਾ ਸੱਚੇ ਪਾਤਸ਼ਾਹ ਆਏ ਚੱਲ ਆਈਆਂ ਨਾਲ ਬੁਹਾਰਾ ਮੇਰੇ ਸੱਚੇ ਪਾਤਸ਼ਾਹ ਆਏ ਚੱਲ ਆਈਆਂ ਨਾਲ ਬੁਹਾਰਾ ਸੱਚੇ ਪਾਤਸ਼ਾਹ ਆਏ ਚੱਲ ਆਈਆਂ ਨਾਲ ਬੁਹਾਰਾ ਮੇਰੇ ਸੱਚੇ ਪਾਤਸ਼ਾਹ ਆਏ ਚੱਲ ਆਈਆਂ ਨਾਲ ਬੁਹਾਰਾ ਸੱਚੇ ਪਾਤਸ਼ਾਹ ਆਏ ਚੱਲ ਆਈਆਂ ਨਾਲ ਬੁਹਾਰਾ ਸੱਚੇ ਪਾਤਸ਼ਾਹ ਆਏ ਮੇਰੇ ਸੱਚੇ ਪਾਤਸ਼ਾਹ ਆਏ ਚੱਲ ਆਈਆਂ ਨਾਲ ਬਹਾਰਾ ਸੱਚੇ ਪਾਤਸ਼ਾਹ ਆਏ ਚੱਲ ਆਈਆਂ ਨਾਲ ਬਹਾਰਾ ਚੱਲ ਆਈਆਂ ਨਾਲ ਬਹਾਰਾ ਚੱਲ ਆਈਆਂ ਨਾਲ ਬਹਾਰਾ ਚੱਲ ਆਈਆਂ ਨਾਲ ਬਹਾਰਾ
ਡਾਲਿਆਂ ਨਾਲ ਬਹਾਰਾਂ, ਡਾਲਿਆਂ ਨਾਲ ਬਹਾਰਾਂ, ਡਾਲਿਆਂ ਨਾਲ ਬਹਾਰਾਂ, ਡਾਲਿਆਂ ਨਾਲ ਬਹਾਰਾਂ, ਡਾਲਿਆਂ ਨਾਲ ਬਹਾਰਾਂ। ਗੁਰੂ ਗ੍ਰੰਥ ਸਾਹਿਬ ਜੀ ਆਏ, ਗੁਰੂ ਗ੍ਰੰਥ, ਗੁਰੂ ਗ੍ਰੰਥ ਸਾਹਿਬ ਜੀ ਆਏ, ਡਾਲਿਆਂ ਨਾਲ ਬਹਾਰਾਂ। ਸਾਹਿਬ ਜੀ ਆਏ, ਡਾਲਿਆਂ ਨਾਲ ਬਹਾਰਾਂ, ਗੁਰੂ ਗ੍ਰੰਥ ਸਾਹਿਬ ਜੀ ਆਏ, ਡਾਲਿਆਂ ਨਾਲ ਬਹਾਰਾਂ, ਗੁਰੂ ਗ੍ਰੰਥ ਸਾਹਿਬ ਜੀ ਆਏ, ਡਾਲਿਆਂ ਨਾਲ ਬਹਾਰਾਂ, ਗੁਰੂ ਗ੍ਰੰਥ ਸਾਹਿਬ ਜੀ ਆਏ, ਡਾਲਿਆਂ ਨਾਲ ਬਹਾਰਾਂ, ਗ੍ਰੰਥ ਸਾਹਿਬ ਜੀ ਆਏ, ਪੰਜ ਪਿਆਰੇ ਆਏ, ਪੰਜ ਪਿਆਰੇ ਆਏ, ਚਲਿਆਈਆਂ ਨਾਲ ਬਹਾਰਾਂ, ਪੰਜ ਪਿਆਰੇ ਆਏ, ਚਲਿਆਈਆਂ ਨਾਲ ਬਹਾਰਾਂ, ਪੰਜ ਪਿਆਰੇ ਆਏ, ਚਲਿਆਈਆਂ ਨਾਲ ਬਹਾਰਾਂ, ਪੰਜ ਪਿਆਰੇ ਨਾਲ ਬਹਾਰਾਂ, ਪੰਜ ਪਿਆਰੇ ਆਏ, ਚਲਿਆਈਆਂ ਨਾਲ ਬਹਾਰਾਂ, ਪੰਜ ਪਿਆਰੇ ਆਏ, ਚਲਿਆਈਆਂ ਨਾਲ ਬਹਾਰਾਂ, 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 ਮੇਰੇ ਸੱਚੇ ਪਾਤਸ਼ਾਹ ਆਏ, ਮੇਰੇ ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ ਆਏ, ਚਲਿਆਈਆਂ ਨਾਲ ਬਹਾਰਾਂ, ਸੱਚੇ ਪਾਤਸ਼ਾਹ ਆਏ, ਚਲਿਆਈਆਂ ਨਾਲ ਬਹਾਰਾਂ, ਮੇਰੇ ਸੱਚੇ ਪਾਤਸ਼ਾਹ ਆਏ, ਚਲਿਆਈਆਂ ਨਾਲ ਸੱਚੇ ਪਾਤਸ਼ਾਹ ਆਏ, ਚਲਿਆਈਆਂ ਨਾਲ ਬਹਾਰਾਂ, ਸੱਚੇ ਪਾਤਸ਼ਾਹ ਆਏ, ਚਲਿਆਈਆਂ ਨਾਲ ਬਹਾਰਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਅੱਜ ਦੇਖ ਰਹੇ ਹਾਂ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੇ ਹਾਂ, ਪੰਜ ਪਿਆਰੇ ਸਿੰਘ ਸਾਹਿਬਾਨ ਦੇ ਦਰਸ਼ਨ ਕਰਦੇ ਹਾਂ, ਤੇ ਸਾਧ ਸੰਗਤ ਜੀ ਆਉਣ ਲੱਗਦਾ, ਜਦੋਂ ਸਵੇਰੇ ਤੁਰੇ ਸੀ ਨਾ ਉੱਥੋਂ, ਤੇ ਪੰਜ ਪਿਆਰਿਆਂ ਦੇ ਪਹਿਲੇ ਦਰਸ਼ਨ ਕੀਤੇ, ਮੈਂ ਕਿਹਾ ਵੀ ਅੱਜ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਹੋ, ਕਿਉਂਕਿ ਮਹਾਰਾਜ ਦਾ ਵਚਨ ਹੈ ਵੀ ਜਿਹੜਾ ਪੰਜਾਂ ਦੇ ਦਰਸ਼ਨ ਕਰੇਗਾ ਉਹਨੂੰ ਮੇਰੇ ਦਰਸ਼ਨ ਹੋਇਆ ਕਰਨਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਚਨ ਐਵੇਂ ਨਹੀਂ ਭਾਈ, ਮਹਾਰਾਜ ਕਹਿੰਦੇ ਜਿਹੜਾ ਪੰਜਾਂ ਦੇ ਦਰਸ਼ਨ ਕਰੂ ਉਹਨੂੰ ਮੇਰੇ ਦਰਸ਼ਨ ਹੋਇਆ ਕਰਨਗੇ। ਅੱਖਾਂ ਮੀਚ ਕੇ ਪੰਜਾਂ ਦੇ ਦਰਸ਼ਨ ਕਰਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ
ਸਾਨੂੰ ਖਾਲਸੇ ਚੋਂ ਗੁਰਾਂ ਦੇ ਦਿਦਾਰੇ ਹੋਣਗੇ ਸਾਨੂੰ ਖਾਲਸੇ ਚੋਂ ਖਾਲਸੇ ਚੋਂ ਗੁਰਾਂ ਦੇ ਦਿਦਾਰੇ ਹੋਣਗੇ ਸਾਨੂੰ ਖਾਲਸੇ ਚੋਂ ਸਾਨੂੰ ਖਾਲਸੇ ਚੋਂ ਗੁਰਾਂ ਦੇ ਦਿਦਾਰੇ ਹੋਣਗੇ ਸਾਨੂੰ ਖਾਲਸੇ ਚੋਂ ਸਾਨੂੰ ਖਾਲਸੇ ਚੋਂ ਗੁਰਾਂ ਦੇ ਦਿਦਾਰੇ ਹੋਣਗੇ ਸਾਨੂੰ ਖਾਲਸੇ ਚੋਂ ਖਾਲਸੇ ਚੋਂ ਗੁਰਾਂ ਦੇ ਦਿਦਾਰੇ ਹੋਣਗੇ ਸਾਨੂੰ ਖਾਲਸੇ ਚੋਂ ਸਾਨੂੰ ਖਾਲਸੇ ਚੋਂ ਗੁਰਾਂ ਦੇ ਦਿਦਾਰੇ ਹੋਣਗੇ ਸਾਨੂੰ ਖਾਲਸੇ ਚੋਂ ਖਾਲਸੇ ਚੋਂ ਗੁਰਾਂ ਦੇ ਦਿਦਾਰੇ ਹੋਣਗੇ ਸਾਨੂੰ ਖਾਲਸੇ ਚੋਂਖਾਲਸੇ ਚੋਂ ਗੁਰਾਂ ਦੇ ਦਿਦਾਰੇ ਹੋਣਗੇ ਸਾਨੂੰ ਖਾਲਸੇ ਚੋਂ ਸਾਨੂੰ ਖਾਲਸੇ ਚੋਂ ਗੁਰਾਂ ਦੇ ਦਿਦਾਰੇ ਹੋਣਗੇ ਸਾਨੂੰ ਖਾਲਸੇ ਚੋਂ ਸਾਨੂੰ ਖਾਲਸੇ ਚੋਂ ਗੁਰਾਂ ਦੇ ਦਿਦਾਰੇ ਹੋਣਗੇ ਸਾਨੂੰ ਖਾਲਸੇ ਚੋਂ ਖਾਲਸੇ ਚੋਂ ਗੁਰਾਂ ਦੇ ਦਿਦਾਰੇ ਹੋਣਗੇ ਸਾਨੂੰ ਖਾਲਸੇ ਚੋਂ ਸਾਨੂੰ ਖਾਲਸੇ ਚੋਂ ਗੁਰਾਂ ਦੇ ਦਿਦਾਰੇ ਹੋਣਗੇ ਸਾਨੂੰ ਖਾਲਸੇ ਚੋਂ ਇਹਦੇ ਦਰਸ਼ਨਾਂ ਦੇ ਵੱਖਰੇ ਨਜ਼ਾਰੇ ਹੋਣਗੇ ਇਹਦੇ ਦਰਸ਼ਨਾਂ ਦੇ ਇਹਦੇ ਦਰਸ਼ਨਾਂ ਦੇ ਵੱਖਰੇ ਨਜ਼ਾਰੇ ਹੋਣਗੇ ਇਹਦੇ ਦਰਸ਼ਨਾਂ ਦੇ ਚਾਲਾ ਮਾਰੋਗੇ ਦਰਸ਼ਨਾਂ ਦੇ ਵੱਖਰੇ ਨਜ਼ਾਰੇ ਹੋਣਗੇ ਇਹਦੇ ਦਰਸ਼ਨਾਂ ਇਹਦੇ ਦਰਸ਼ਨਾਂ ਦੇ ਵੱਖਰੇ ਨਜ਼ਾਰੇ ਹੋਣਗੇ ਇਹਦੇ ਦਰਸ਼ਨਾਂ ਖਾਲਸੇ ਤੋਂ ਗੁਰਾਂ ਦੇ ਨਜ਼ਾਰੇ ਹੋਣਗੇ ਸਾਨੂੰ ਖਾਲਸੇ ਤੋਂ ਖਾਲਸੇ ਤੋਂ ਗੁਰਾਂ ਦੇ ਨਜ਼ਾਰੇ ਹੋਣਗੇ ਸਾਨੂੰ ਖਾਲਸੇ ਤੋਂ ਸਾਨੂੰ ਖਾਲਸੇ ਚੋਂ ਗੁਰਾਂ ਦੇ ਦਿਦਾਰੇ ਹੋਣਗੇ ਸਾਨੂੰ ਖਾਲਸੇ ਚੋਂ ਸਾਨੂੰ ਖਾਲਸੇ ਚੋਂ ਗੁਰਾਂ ਦੇ ਦਿਦਾਰੇ ਹੋਣਗੇ ਸਾਨੂੰ ਖਾਲਸੇ ਚੋਂ ਖਾਲਸੇ ਚੋਂ ਗੁਰਾਂ ਦੇ ਦਿਦਾਰੇ ਹੋਣਗੇ ਸਾਨੂੰ ਖਾਲਸੇ ਚੋਂ ਸਾਨੂੰ ਖਾਲਸੇ ਚੋਂ ਗੁਰਾਂ ਦੇ ਦਿਦਾਰੇ ਹੋਣਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਚਨ ਹੈ ਮਹਾਰਾਜ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ ਕਹਿੰਦੇ ਜੇ ਕਿਸੇ ਨੇ ਮੇਰੇ ਦਰਸ਼ਨ ਕਰਨੇ ਹੋਣ ਤੇ ਪੰਜਾਂ ਪਿਆਰਿਆਂ ਦੇ ਦਰਸ਼ਨ ਕਰਿਓ ਮੇਰੇ ਦਰਸ਼ਨ ਹੋਣ ਭਾਈ ਦਇਆ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਜੇ ਪੰਜ ਸਿੰਘ ਨਾ ਮਿਲਣ ਤਿਆਰ ਪਰ ਤਿਆਰ ਫਿਰ ਕੀ ਕਰੀ ਫਿਰ ਦਰਸ਼ਨ ਕਿਵੇਂ ਹੋਣ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਦਇਆ ਸਿੰਘ ਤਿੰਨ ਹੀ ਮਿਲ ਜਾਣ ਤਿੰਨਾਂ ਦੇ ਕਰ ਲਿਓ ਕਹਿੰਦੇ ਮਹਾਰਾਜ ਜੇ ਕਲਯੁਗ ਦਾ ਸਮਾਂ ਆ ਗਿਆ ਤਿੰਨ ਉਹਨਾਂ ਵੇਲੇ ਇਕੱਠੇ ਕਈ ਪਿੰਡਾਂ 'ਚ ਜਾਈਦਾ ਉੱਥੇ ਪੰਜ ਸਿੰਘ ਵੀ ਤਿਆਰ ਨਹੀਂ ਹੁੰਦੇ ਵੀ ਪੰਜ ਸਿੰਘ ਵੀ ਹੋਏ
ਇਹ ਤਾਂ ਕਰਮਾਂ ਵਾਲੇ ਨਗਰ ਨੇ ਭਾਈ, ਜਿੱਥੇ ਅੰਮ੍ਰਿਤਧਾਰੀ ਸਿੰਘ ਨੇ। ਇਹ ਅੰਮ੍ਰਿਤ ਐਵੇਂ ਨਹੀਂ ਮਿਲਦਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ ਬਚਨ ਕਰਦੇ ਹੁੰਦੇ ਸੀ, ਕਹਿੰਦੇ ਜਿੰਨੇ ਬੋਹੜ ਦੇ ਪੱਤੇ ਨੇ ਤੇ ਜਿੰਨੀਆਂ ਬੋਹੜ ਦੀਆਂ ਗੋਲਾਂ ਨੇ ਤੇ ਗੋਲਾਂ ਵਿੱਚ ਜਿੰਨੇ ਬੀਜ ਨੇ, ਜੇ ਇੰਨੇ ਜਨਮ ਦੀ ਭਗਤੀ ਹੋਵੇ ਫਿਰ ਸਿੱਖਾਂ ਦੇ ਘਰ ਚ ਜਨਮ ਮਿਲਦਾ। ਜਿੰਨੀਆਂ ਬੋਹੜ ਦੀਆਂ ਗੋਲਾਂ ਚ ਬੀਜ ਨੇ ਨਾ, ਜੇ ਇੰਨੇ ਜਨਮਾਂ ਦੀ ਭਗਤੀ ਹੋਵੇ ਤੇ ਫਿਰ ਜਾ ਕੇ ਸਿੱਖਾਂ ਦੇ ਘਰ ਚ ਜਨਮ ਮਿਲਦਾ, ਤੇ ਜੇ ਜਨਮ ਮਿਲ ਜੇ ਸਾਧ ਸੰਗਤ ਜੀ ਫਿਰ ਖੰਡੇ ਬਾਟੇ ਦਾ ਅੰਮ੍ਰਿਤ, ਅੰਮ੍ਰਿਤ ਦੀ ਪ੍ਰਾਪਤੀ ਤਾਂ ਹੁੰਦੀ ਹੈ ਜੇ ਬਹੁਤ ਗੁਰੂ ਸਾਹਿਬ ਦੀ ਖੁਸ਼ੀ ਹੋਵੇ। ਐਵੇਂ ਤਾਂ ਨੀ ਬਾਣੀ ਦੇ ਵਿੱਚ ਲਿਖਿਆ, ਐਵੇਂ ਤਾਂ ਨੀ ਗੁਰੂ ਸਾਹਿਬ ਕਹਿੰਦੇ, ਪੀਵੋ ਪਹੁਲ ਖੰਡ ਧਾਰ ਹੋਏ ਜਨਮ ਸੁਹੇਲਾ, 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 ਪਾਲ ਖੰਡ ਧਾਰ ਹੋਏ ਜਨਮ ਸਹੇਲਾ, ਪੀਵੋ ਪਾਲ ਖੰਡ ਧਾਰ ਹੋਏ ਜਨਮ ਸਹੇਲਾ, ਵਾਹ ਪ੍ਰਗਟ ਮਰਦੇ ਗੰਬੜਾ ਦਰਿਆ ਮੇ ਕਿਲਾ, ਪ੍ਰਗਟ ਮਰਦੇ ਗੰਬੜਾ ਦਰਿਆ ਮੇ ਕਿਲਾ, ਪ੍ਰਗਟ ਮਰਦੇ ਗੰਬੜਾ ਦਰਿਆ ਮੇ ਕਿਲਾ, ਪ੍ਰਗਟ ਮਰਦੇ ਗੰਬੜਾ ਪ੍ਰਗਟ ਮਰਦੇ ਗੰਬੜਾ ਦਰਿਆ ਮੇ ਅਕੇਲਾ, 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 ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, 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 ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਬਹੇਲਾ, ਸੰਗਤ ਕੀਨੀ ਖਾਲਸਾ ਮਨ ਮੁਖੀ ਬਹੇਲਾ, ਗੁਰ ਸੰਗਤ ਕੀਨੀ ਖਾਲਸਾ
ਮੁਖੀ ਦਹੇਲਾ ਸੰਗਤ ਕੀ ਨੀ ਖਾਲਸਾ ਮਨ ਮੁਖੀ ਦਹੇਲਾ ਹਰ ਸੱਚੇ ਤਾਕਰ ਚਾਇਆ ਸਤ ਸੰਗਤ ਮੇਲਾ ਸੱਚੇ ਤਾਕਰ ਚਾਇਆ ਸਤ ਸੰਗਤ ਮੇਲਾ ਸੱਚੇ ਤਖਤਰ ਚਾਇਆ ਸਤ ਸੰਗਤ ਮੇਲਾ ਸੱਚੇ ਤਖਤਰ ਚਾਇਆ ਸਤ ਸੰਗਤ ਮੇਲਾ ਹਰ ਸੱਚੇ ਤਖਤਰ ਚਾਇਆ ਸਤ ਸੰਗਤ ਮੇਲਾ ਹਰ ਸੱਚੇ ਤਖਤਰ ਚਾਇਆ ਸਤ ਸੰਗਤ ਮੇਲਾ ਪੀਵੋ ਪਹਲ ਖੰਡ ਧਾਰ ਹੋਏ ਜਨ ਸੁਹੇਲਾ ਪਹਲ ਖੰਡ ਤਾਰ ਹੋਏ ਜਨ ਸੁਹੇਲਾ ਪੀਓ ਪਹਲ ਖੰਡ ਤਾਰ ਹੋਏ ਜਨਮ 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 ਸੁਹੇਲਾ ਗੁਰੂ ਸਾਹਿਬ ਨੇ ਬਚਨ ਕੀਤਾ ਪੀਵੋ ਪਹਲ ਖੰਡ ਧਾਰ ਹੋਏ ਜਨਮ ਸੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਦੁਨੀਆਂ ਤੇ ਬੜੇ ਗੁਰੂ ਹੋਏ ਨੇ ਸਾਧ ਸੰਗਤ ਜੀ ਗੁਰੂ ਤਾਂ ਬਣੇ ਪਰ ਚੇਲਾ ਕੋਈ ਨਹੀਂ ਬਣਿਆ ਬਾਜਾਂ ਵਾਲੇ ਸਤਿਗੁਰ ਦੇ ਗੁਣ ਕਿਉਂ ਗਾਏ ਨੇ ਸਾਰੀ ਦਿਹਾੜੀ ਅੱਜ ਤੇਰੀ ਧੰਨ ਵਡਿਆਈ ਪਾਤਸ਼ਾਹ ਜੀ ਕਿਤੇ ਗੁਰੂ ਬਣੇ ਕਿਤੇ ਬਣੇ ਚੇਲੇ ਮਹਾਰਾਜ ਆਪੇ ਗੁਰੂ ਬਣੇ ਤੇ ਸਾਧ ਸੰਗਤ ਜੀ ਪੰਜਾਂ ਮੂਹਰੇ ਜਦੋਂ ਭਾਈ ਦਇਆ ਸਿੰਘ ਜੀ ਨੇ ਮਹਾਰਾਜ ਨੇ ਆਵਾਜ਼ ਮਾਰੀ ਸਾਧ ਸੰਗਤ ਜੀ 80,000 ਦੇ ਇਕੱਠ ਵਿੱਚ ਧਿਆਨ ਨਾਲ ਸੁਣਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਭਾ ਕਰਦੇ ਜਾਣਾ ਆਪਾਂ ਜਿਹੜੇ ਨਾਲ ਨਾਲ ਤੁਰੇ ਜਾਂਦੇ ਆ ਮਹਾਰਾਜ ਦਾ ਨਾਂ ਲੈਂਦੇ ਚੱਲੇ ਮੁੱਖ ਦੇ ਵਿੱਚ ਗੁਰੂ ਸਾਹਿਬ ਦਾ ਨਾਂ ਜਪਦੇ ਚੱਲੀਏ ਆਖਰੀ ਪੜਾਅ ਤੇ ਆਪਾਂ ਜਾਣਾ ਜਿੰਨੇ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਦੇਣਗੇ ਉਨੇ ਵਾਰੀ ਅਕਾਲ ਪੁਰਖ ਦਾ ਸਿਮਰਨ ਹੋ ਜੂ ਕਿਉਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਹਿੰਦੇ ਸੀ ਤੇ ਸਾਧ ਸੰਗਤ ਜੀ ਗੁਰੂ ਸਾਹਿਬ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਕਹਿੰਦੇ ਕਹਿੰਦੇ ਸੱਤ ਸੱਤ ਅੱਠ ਅੱਠ ਘੰਟੇ ਲਾ ਦਿੰਦੇ ਸੀ ਤੂੰ ਹੀ ਕਰੀ ਜਾਂਦੇ ਅਕਾਲ ਪੁਰਖ ਦੀ ਸੋਭਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਭਾ ਜਿਹੜਾ ਕਰੂਗਾ ਮੈਂ ਹੋ ਪਰਮ ਪੁਰਖ ਕੋ ਦਾਸਾ ਪਰਮੇਸ਼ਰ ਦਾ ਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਕਹਿ ਦੂਗਾ ਉਹਦਾ ਜਨਮ ਮਰਨ ਕੱਟਿਆ ਜਾਊਗਾ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਵਾਹ ਪ੍ਰਗਟਿਓ ਮਰਦ ਕੰਬੜਾ ਦਰਿਆਮ ਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 80,000 ਦੇ ਇਕੱਠ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਵਾਜ਼ ਮਾਰ ਕੇ ਸਾਧ ਸੰਗਤ ਜੀ ਨੰਗੀ ਸ੍ਰੀ ਸਾਹਿਬ ਕੱਢ ਕੇ ਤੇ ਇੱਕ ਆਵਾਜ਼ ਮਾਰ ਕੇ ਕਿਹਾ ਸੀ ਐਵੇਂ ਥੋੜਾ ਅਮਰਤ ਮਿਲਿਆ ਮਹਾਰਾਜ ਕਹਿੰਦੇ
ਜੇ ਗੁਰੂ ਦੇ ਦਰਸ਼ਨ ਕਰਨੇ ਆ ਨਾ, ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਭੇਟ ਚੜਾਉਣਾ ਪੈਂਦਾ ਏ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਭੇਟ ਚੜਾਉਣਾ ਪੈਂਦਾ ਏ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਭੇਟ ਚੜਾਉਣਾ ਪੈਂਦਾ ਏ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਭੇਟ ਚੜਾਉਣਾ ਪੈਂਦਾ ਏ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਭੇਟ ਚੜਾਉਣਾ ਪੈਂਦਾ ਏ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਭੇਟ ਚੜਾਉਣਾ ਪੈਂਦਾ ਹੈ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਭੇਟ ਚੜਾਉਣਾ ਪੈਂਦਾ ਹੈ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਭੇਟ ਚੜਾਉਣਾ ਪੈਂਦਾ ਹੈ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਭੇਟ ਚੜਾਉਣਾ ਪੈਂਦਾ ਹੈ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਭੇਟ ਚੜਾਉਣਾ ਪੈਂਦਾ ਹੈ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਭੇਟ ਚੜਾਉਣਾ ਪੈਂਦਾ ਹੈ। ਦੀਦਾਰ ਕਰਨ ਲਈ ਸਤਿਗੁਰ ਦਾ ਸਿਰ ਭੇਟ ਚੜਾਉਣਾ ਪੈਂਦਾ ਹੈ। ਸੌ ਸਕਦਾ ਹਰ ਕੋਈ ਸੇਜਾਂ ਦੇ ਕੰਡਿਆਂ ਤੇ ਸੋਣਾ ਪੈਂਦਾ ਹੈ। ਸੌ ਸਕਦਾ ਹਰ ਕੋਈ ਸੇਜਾਂ ਦੇ ਕੰਡਿਆਂ ਤੇ ਸੋਣਾ ਪੈਂਦਾ ਹੈ। ਸੌ ਸਕਦਾ ਹਰ ਕੋਈ ਸੇਜਾਂ ਦੇ ਕੰਡਿਆਂ ਤੇ ਸੋਣਾ ਪੈਂਦਾ ਹੈ। ਸੌ ਸਕਦਾ ਹਰ ਕੋਈ ਸੇਜਾਂ ਦੇ ਕੰਡਿਆਂ ਤੇ ਸੋਣਾ ਪੈਂਦਾ ਹੈ। ਸੌ ਸਕਦਾ ਹਰ ਕੋਈ ਸੇਜਾਂ ਦੇ ਕੰਡਿਆਂ ਤੇ ਸੋਣਾ ਪੈਂਦਾ ਹੈ। ਸੌ ਸਕਦਾ ਹਰ ਕੋਈ ਸੇਜਾਂ ਦੇ ਕੰਡਿਆਂ ਤੇ ਲਾਲ ਇੱਕ ਵਾਰਿਆ ਨਹੀਂ ਜਾਂਦਾ ਸਿਰ ਬੰਸ ਲਟਾਉਣਾ ਪੈਂਦਾ ਹੈ। ਇੱਕ ਵਾਰਿਆ ਨਹੀਂ ਜਾਂਦਾ ਸਿਰ ਬੰਸ ਲਟਾਉਣਾ ਪੈਂਦਾ ਹੈ। ਲਾਲ ਇੱਕ ਵਾਰਿਆ ਨਹੀਂ ਜਾਂਦਾ ਸਿਰ ਬੰਸ ਲਟਾਉਣਾ ਪੈਂਦਾ ਹੈ। ਲਾਲ ਇੱਕ ਵਾਰਿਆ ਨਹੀਂ ਜਾਂਦਾ ਸਿਰ ਬੰਸ ਲਟਾਉਣਾ ਪੈਂਦਾ ਹੈ। ਲਾਲ ਇੱਕ ਵਾਰਿਆ ਨਹੀਂ ਜਾਂਦਾ ਸਿਰ ਬੰਸ ਲਟਾਉਣਾ ਪੈਂਦਾ ਹੈ। ਵਾਰਿਆਂ ਨਹੀਂ ਜਾਂਦਾ ਸਰਬੰਸ ਆਉਣਾ ਪੈਂਦਾ ਹੈ। ਮਨ ਲੱਖਾਂ ਕੁਸ਼ਤੀ ਲੜ ਲੈਂਦੇ, ਮਨ ਲੱਖਾਂ ਕੁਸ਼ਤੀ ਲੜ ਲੈਂਦੇ, ਲੱਖਾਂ ਕੁਸ਼ਤੀ ਲੜ ਲੈਂਦੇ, ਮਨ 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 ਲੱਖਾਂ ਕੁਸ਼ਤੀ ਲੜ ਲੈਂਦੇ, ਹੰਕਾਰ ਨੂੰ ਢਾਉਣਾ ਪੈਂਦਾ ਹੈ। ਲੱਖਾਂ ਕੁਸ਼ਤੀ ਲੜ ਲੈਂਦੇ, ਹੰਕਾਰ ਨੂੰ ਢਾਉਣਾ ਪੈਂਦਾ ਹੈ। ਮਨ ਲੱਖਾਂ ਕੁਸ਼ਤੀ ਲੜ ਲੈਂਦੇ, ਹੰਕਾਰ ਨੂੰ ਢਾਉਣਾ ਪੈਂਦਾ ਹੈ। ਮਨ ਲੱਖਾਂ ਕੁਸ਼ਤੀ ਲੜ ਲੈਂਦੇ, ਹੰਕਾਰ ਨੂੰ ਢਾਉਣਾ ਪੈਂਦਾ ਹੈ। ਲੱਖਾਂ ਕੁਸ਼ਤੀ ਲੜ ਲੈਂਦੇ, ਹੰਕਾਰ ਨੂੰ ਢਾਉਣਾ ਪੈਂਦਾ ਹੈ। ਲੱਖਾਂ ਕੁਸ਼ਤੀ ਲੜ ਲੈਂਦੇ, ਹੰਕਾਰ ਨੂੰ ਢਾਉਣਾ ਪੈਂਦਾ ਹੈ। ਮਹਾਰਾਜ ਨੇ ਆਵਾਜ਼ ਮਾਰ ਕੇ ਆਖਿਆ, ਸਿੱਖੋ 80,000 ਦੇ ਕੱਠ। ਗੁਰੂ ਸਾਹਿਬ ਕਹਿੰਦੇ ਇੱਕ ਜਣਾ ਉੱਠੋ, ਮੈਨੂੰ ਸਿਰ ਚਾਹੀਦਾ। ਸਿਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਸਿਰ ਦਾ ਨਾਂ ਲਿਆ ਨਾ, ਤੇ 20,000 ਉੱਠ ਕੇ ਭੱਜ ਗਏ ਵਿੱਚੋਂ, ਵੀ ਮਹਾਰਾਜ ਤਾਂ ਸਿਰ ਹੀ ਵੱਢਣ ਲੱਗ ਪਿਆ। ਆਹ ਕੀ ਗੱਲ ਹੋਈ ਵੀ ਸਿਰ ਚਾਹੀਦਾ। ਸਾਧ ਸਾਧ ਜੀ ਦੂਜੀ ਆਵਾਜ਼ ਫੇਰ ਮਾਰੀ, ਜਦੋਂ ਤੀਜੀ ਆਵਾਜ਼ ਮਾਰੀ ਤੇ ਲਾਹੌਰ ਦਾ ਭਾਈ ਦਇਆ ਸਿੰਘ ਉੱਠਿਆ ਸੀ।
ਮੈਂ ਇੱਕ ਬੇਨਤੀ ਤਾਂ ਕਰਨ ਲੱਗਾ ਬਈ ਅੰਮ੍ਰਿਤ ਮਿਲਿਆ ਕਿਵੇਂ ਆ, ਸਿੰਘ ਸ਼ਬਦ ਮਿਲਿਆ ਕਿਵੇਂ ਆ, ਜੇ ਆਪਾਂ ਨੂੰ ਇਤਿਹਾਸ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਢਾਡੀ ਜਥਿਆਂ ਨੂੰ ਵੀ ਸੁਣਾਇਆ ਭਾਈ ਸਤਨਾਮ ਸਿੰਘ ਹੋਣਾ ਨੇ ਤੇ ਰਾਗੀ ਜਥਿਆਂ ਨੇ ਵੀ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਸੁਣਾਇਆ ਤੇ ਸਾਧ ਸੰਗਤ ਜੀ ਦੇਖੋ ਕਿੱਡਾ ਵੀਰ ਵਿਰਸਾ ਸਾਨੂੰ ਸਿੱਖ ਸ਼ਬਦ ਕਿਵੇਂ ਮਿਲਿਆ, ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਕਿਵੇਂ ਮਿਲਿਆ। ਅੱਜ ਸੋਚ ਕੇ ਜਾਇਓ ਐਵੇਂ ਨੀ ਸਾਨੂੰ ਸਰਦਾਰੀ ਮਿਲੀ, ਐਵੇਂ ਨੀ ਸਾਨੂੰ ਸਿੱਖੀ ਮਿਲੀ, ਆ ਸਿਰ ਤੇ ਪੱਗਾਂ ਬੰਨੀਆਂ ਨੇ ਸਾਡੇ, ਐਵੇਂ ਨੀ ਪੱਗਾਂ ਬੰਨੀਆਂ, ਕਿਤੇ ਬੰਨਣੀ ਨੀ ਸੀ ਦੇਣੀਆਂ ਆਪਾਂ ਨੂੰ ਸਾਧ ਸੰਗਤ, ਸਿਰ ਤੇ ਪੱਗਾਂ ਨੀ ਸੀ ਹੋਣੀਆਂ ਆਪਣੇ। ਜੇ ਆਹ ਕੁਰਬਾਨੀਆਂ ਨਾ ਹੁੰਦੀਆਂ, ਅੱਜ ਕਈ ਕਹਿੰਦੇ ਨੇ ਬੜਾ ਲੇਟ ਹੋ ਗਏ ਨਗਰ ਕੀਰਤਨ ਲੇਟ ਹੋ ਗਏ, ਆਪਾਂ ਤਾਂ ਇੱਕ ਦਿਨ ਤੁਰਨਾ ਹੈ। ਦਸਵੇਂ ਪਾਤਸ਼ਾਹ ਆਨੰਦਪੁਰ ਸਾਹਿਬ ਤੋਂ ਲੈ ਕੇ 72 ਘੰਟੇ ਮਹਾਰਾਜ ਨੇ ਆਰਾਮ ਨਹੀਂ ਕੀਤਾ ਸੀ, 72 ਘੰਟੇ ਮਾਛੀਵਾੜੇ ਦੇ ਜੰਗਲ ਤੱਕ, ਗੁਲਾਬੇ ਪੰਜਾਬੇ ਮਸੰਦ ਦੇ ਖੂਹ ਤੱਕ ਮਹਾਰਾਜ ਦਾ ਕਮਰ ਕੱਸਾ ਮਾਸ ਦੇ ਵਿੱਚ ਖੁੱਬ ਗਿਆ ਸੀ। ਆਪਾਂ ਕੀ ਦੇਣ ਦੇਵਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ, ਆਪਾਂ ਤਾਂ ਇੱਕ ਦਿਨ ਤੁਰ ਕੇ ਕਹਿੰਦੇ ਹਾਂ ਜੀ ਮੈਂ ਲੇਟ ਬੜਾ ਹੋ ਗਿਆ, ਮੈਨੂੰ ਕੰਮ ਸੀ, ਮੈਂ ਛੇਤੀ ਜਾਣਾ ਸੀ। ਉਹ ਆਪਾਂ ਗੁਰੂ ਦੇ ਲੇਖੇ ਇੱਕ ਦਿਨ ਤਾਂ ਲਾਇਆ ਕਰੀ, ਸਾਲ ਬਾਅਦ ਇੱਕ ਦਿਨ ਤਾਂ ਆਪਾਂ ਲਾਈਏ, ਹੋ ਸਕਦਾ ਕੋਈ ਫਤਿਹਗੜ੍ਹ ਸਾਹਿਬ ਨਾ ਗਿਆ ਹੋਵੇ, ਹੋ ਸਕਦਾ ਕੋਈ ਆਨੰਦਪੁਰ ਸਾਹਿਬ ਨਾ ਗਿਆ ਹੋਵੇ, ਜੇ ਇੱਥੇ ਨਾਲ ਤੁਰ ਕੇ ਹਾਜ਼ਰੀ ਲੱਗ ਗਈ ਸਾਡੀ ਇੱਥੋਂ ਹੀ ਫਤਿਹਗੜ੍ਹ ਹਾਜ਼ਰੀ ਲੱਗ ਜਾਏ, ਸਾਡੀ ਇੱਥੋਂ ਹੀ ਆਨੰਦਪੁਰ ਸਾਹਿਬ ਹਾਜ਼ਰੀ ਲੱਗ ਜਾਏ, ਤੁਰੇ ਅਸੀਂ ਇੱਥੇ ਜਾਵਾਂਗੇ, ਹਾਜ਼ਰੀ ਸਾਡੀ ਆਨੰਦਪੁਰ ਸਾਹਿਬ ਲੱਗਦੀ ਹੋਊਗੀ ਮਹਾਰਾਜ ਦੇ ਚਰਨ ਤੇ, ਸਾਡੇ ਅੰਦਰ ਪ੍ਰੇਮ ਹੋ। ਤੇ ਜਦੋਂ ਮਹਾਰਾਜ ਨੇ ਤੀਜੀ ਆਵਾਜ਼ ਮਾਰੀ ਤੇ ਭਾਈ ਦਇਆ ਸਿੰਘ ਜੀ ਉੱਠੇ, ਭਾਈ ਦਇਆ ਸਿੰਘ ਨੂੰ ਮਹਾਰਾਜ ਕਹਿੰਦੇ ਦਇਆ ਸਿੰਘ ਨਾਮ ਕੀ ਹੈ ਜੀ ਮਹਾਰਾਜ, ਮੇਰਾ ਨਾਮ ਦਇਆ ਰਾਮ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਸਿਰ ਚਾਹੀਦਾ ਦੇਵੇਂਗਾ, ਕਹਿੰਦੇ ਮਹਾਰਾਜ ਜੀ ਪਹਿਲੇ ਹੁਕਮ ਆਪ ਜੀ ਦਾ ਸੁਣਿਆ ਮੈਂ ਉੱਠਿਆ ਨਹੀਂ, ਦੂਜਾ ਹੁਕਮ ਕੀਤਾ ਮੈਂ ਉੱਠਿਆ ਨਹੀਂ। ਮਹਾਰਾਜ ਜੀ ਜਦੋਂ ਤੀਜੀ ਆਵਾਜ਼ ਮਾਰੀ ਮੈਂ ਸੋਚਿਆ ਮੂਰਖਾ ਮਣਾ ਅੱਜ ਬਾਜਾ ਵਾਲਾ ਜੇ ਸੀਸ ਮੰਗਦਾ ਨਾ ਤੇ ਬਖਸ਼ਿਸ਼ ਵੀ ਇਹਨੇ ਵੱਡੀ ਝੋਲੀ ਚ ਪਾਉਣੀ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਕਿਤੇ ਪਹਿਲਾਂ ਸੀਸ ਨਹੀਂ ਮੰਗਿਆ, ਜੇ ਅੱਜ ਸੀਸ ਮੰਗਦੇ ਨੇ ਤੇ ਅੱਜ ਬਖਸ਼ਿਸ਼ ਕੋਈ ਵੱਡੀ ਪਾਉਣਗੇ ਝੋਲੀ ਦੇ ਵਿੱਚ। ਮਹਾਰਾਜ ਕਹਿੰਦੇ ਮੈਂ ਸਿਰ ਵੱਢਣਾ, ਗੁਰੂ ਸਾਹਿਬ ਮੈਂ ਵਢਾਉਣਾ ਆ। ਗੁਰੂ ਸਾਹਿਬ ਪੁੱਛਦੇ ਨੇ ਦਇਆ ਰਾਮਾ ਲੜੇਗਾ, ਸੱਚੇ ਪਾਤਸ਼ਾਹ ਕਾਮ ਹਮਾਰਾ ਤੋਲਣ ਤਕੜੀ, ਕਾਮ ਹਮਾਰਾ ਤੋਲਣ ਤਕੜੀ, ਕਾਮ ਹਮਾਰਾ ਤੋਲਣ ਤਕੜੀ, ਕਾਮ ਹਮਾਰਾ ਤੋਲਣ ਤਕੜੀ। ਕਾਮ ਹਮਾਰਾ ਤੋਲਣ ਤਕੜੀ,
ਕੰਮ ਹਮਾਰਾ ਤੋਲਣ ਤਕੜੀ ਕੰਮ ਹਮਾਰਾ ਤੋਲਣ ਤਕੜੀ ਕੰਮ ਹਮਾਰਾ ਤੋਲਣ ਤਕੜੀ ਨੰਗੀ ਛੁਰੀ ਕਦੇ ਨਹੀਂ ਪਕੜੀ 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 ਕੀ ਕਦੇ ਨਹੀਂ ਪਕੜੀ ਨੰਗੀ ਛੁਰੀ 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 ਕਦੇ ਨਹੀਂ ਪਕੜੀ ਚਿੜੀ ਉੱਤੇ ਤਾਂ ਹਮ ਡਰ ਜਾਏ 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 ਚਿੜੀ ਉੱਤੇ ਤਾਂ ਤੇਗ ਪਕੜ ਕੈਸੇ ਰਣ ਮੈਂ ਜਾਏ 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 ਬਾਜਾਂ ਵਾਲਿਆ ਤੂੰ ਕਹਿੰਦੇ ਜੰਗ ਵਿੱਚ ਲੜਨਾ ਮਹਾਰਾਜ ਜੀ ਅਸੀਂ ਤਾਂ ਨੰਗੀ ਕਰਦਮ ਨਹੀਂ ਫੜੀ ਕਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ ਤੇ ਪੰਡਤਾਂ ਤੋਂ ਜੰਗ ਲੜਾ ਤੇ ਸਾਧ ਸੰਗਤ ਜੀ ਜਿਹੜੇ ਪੰਡਤ ਟੱਲੀਆਂ ਵਜਾਉਂਦੇ ਸੀ ਭਾਈ ਕਿਰਪਾ ਰਾਮ ਪੰਡਤ ਸ਼ਹੀਦ ਹੋ ਗਿਆ ਸੀ ਚਮਕੌਰ ਦੀ ਗੜੀ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਲੈ ਕੇ ਆਇਆ ਸੀ ਪੰਡਤਾਂ ਨੂੰ ਮਹਾਰਾਜ ਸਾਡਾ ਧਰਮ ਬਚਾਓ ਘਾਹ ਪਾਇਆ ਸੀ ਮੂੰਹ ਦੇ ਵਿੱਚ ਦੇਖ ਲਓ ਬਾਜਾਂ ਵਾਲੇ ਦੀ ਪਾਨ ਬਾਜਾਂ ਵਾਲੇ ਦੀ ਸਿੱਖਿਆ ਤੇ ਸਾਧ ਸੰਗਤ ਜੀ ਕਿਰਪਾ ਰਾਮ ਸ਼ਹੀਦ ਹੋ ਗਿਆ ਸੀ ਚਮਕੌਰ ਦੀ ਗੜੀ ਚ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਿਰਪਾ ਰਾਮ ਪੰਡਤ ਸ਼ਹੀਦ ਹੋਇਆ ਕਿਰਪਾ ਸਿੰਘ ਅੰਮ੍ਰਿਤ ਛਕ ਕੇ ਕਿਰਪਾ ਸਿੰਘ ਬਣ ਗਿਆ ਸੀ ਬਾਜਾਂ ਵਾਲੇ ਸਤਿਗੁਰ ਨੇ ਜਿਹੜੇ ਸਾਧ ਸੰਗਤ ਜੀ ਲੜਨਾ ਨਹੀਂ ਜਾਣਦੇ ਸੀ ਮਹਾਰਾਜ ਨੇ ਉਹਨਾਂ ਦੇ ਹੱਥ 'ਚ ਖੰਡੇ ਫੜਾ ਤੇ ਇਹ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਲੜਾਈਆਂ ਕਰਨਾ ਨਹੀਂ ਸੀ ਜਾਣਦੇ ਜੰਗ ਯੁੱਧ ਕਰਨਾ ਨਹੀਂ ਸੀ ਜਾਣਦੇ ਬਾਜਾਂ ਵਾਲਿਆਂ ਨੇ ਉਹਨਾਂ ਦੇ ਹੱਥ ਵਿੱਚ ਸਾਧ ਸੰਗਤ ਜੀ ਸ੍ਰੀ ਸਾਹਿਬਾਂ ਫੜਾ ਤੀਆਂ ਇਹ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਜਾਂ ਵਾਲੇ ਸਤਿਗੁਰ ਕਹਿੰਦੇ ਦਇਆ ਸਿੰਘ ਜੇ ਤੂੰ ਛੁਰੀ ਨਹੀਂ ਨਾ ਕਦੇ ਪਕੜੀ ਤੇ ਫਿਰ ਸਾਡੀ ਵੀ ਗੱਲ ਯਾਦ ਰੱਖੀ ਚਿੜੀਓ ਸੇ ਮੈਂ ਬਾਜ ਤੜਾਉ 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 ਮੈਂ ਬਾਜ ਤੜਾਉ ਚਿੜੀਓ ਸੇ ਮੈਂ ਬਾਜ ਤੜਾਉ ਸਵਾ ਲੱਖ ਸੇ ਇੱਕ ਲੜਾਉ 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 ਸਵਾ ਲੱਖ ਸੇ ਇੱਕ
ਲੱਖ ਲੜਾਉਂ ਸਵਾ ਲੱਖ ਸੇ ਏਕ 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 ਲੜਾਉਂ ਸਵਾ ਲੱਖ ਸੇ ਲੜਾਉਂ ਨਾ ਮੈਂ ਆਪ ਲੜੂੰ ਨਾ ਮੈਂ ਫੌਜ ਲੜਾਉਂ ਨਾ ਮੈਂ ਆਪ ਲੜੂੰ ਨਾ ਮੈਂ ਫੌਜ ਲੜਾਉਂ ਨਾ ਮੈਂ ਆਪ ਲੜੂੰ ਨਾ ਮੈਂ ਫੌਜ ਲੜੂੰ ਨਾ ਮੈਂ ਆਪ ਲੜੂੰ ਨਾ ਮੈਂ ਫੌਜ ਲੜਾਉਂ ਨਾ ਮੈਂ ਆਪ ਲੜੂੰ ਨਾ ਮੈਂ ਫੌਜ ਲੜਾਉਂ ਨਾ ਮੈਂ ਆਪ ਭਾਈ ਦਇਆ ਸਿੰਘ ਜੀ ਨਾ ਮੈਂ ਆਪ ਲੜੂੰ ਨਾ ਫੌਜ ਲੜਾਉਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇੱਥੇ ਇੰਨੀ ਸ਼ਕਤੀ ਹੈ ਗੁਰੂ ਨਾਨਕ ਦੇ ਘਰ ਜੇ ਮੈਂ ਆਪ ਨਾ ਵੀ ਲੜਾਂ ਨਾ ਫੌਜ ਨਾ ਵੀ ਲੜਾਵਾਂ ਤੇ ਸ਼ਹੀਦਾਂ ਸਿੰਘਾਂ ਦੇ ਇੰਨੇ ਪਹਿਰੇ ਨੇ ਫੌਜਾਂ ਡਰ ਕੇ ਭੱਜਣ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਉੱਥੇ ਖੁਦ ਪਰਮੇਸ਼ਰ ਦਾ ਰੂਪ ਹੋ ਕੇ ਆਏ ਤੇ ਭਾਈ ਦਇਆ ਸਿੰਘ ਦਾ ਸੀਸ ਮਹਾਰਾਜ ਨੇ ਤੰਬੂ ਚ ਲਿਜਾ ਕੇ ਕੱਟਿਆ ਇੱਕ ਨੀ ਦੋ ਤਿੰਨ ਚਾਰ ਪੰਜ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮੋਹਨ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਸਾਹਿਬ ਸਿੰਘ ਤੇ ਜਦੋਂ ਪੰਜਾਂ ਦੇ ਸੀਸ ਕੱਟ ਕੇ ਦੁਬਾਰਾ ਜੋੜੇ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਜਦੋਂ ਮਹਾਰਾਜ ਲੈ ਕੇ ਬਾਹਰ ਆਏ ਨਾ ਸਿੰਘਾਂ ਨੂੰ ਤੇ ਮਹਾਰਾਜ ਸੱਚੇ ਪਾਤਸ਼ਾਹ ਮੂਹਰੇ ਆਉਂਦੇ ਜਕਾਰੇ ਛੱਡਦੇ ਆਉਂਦੇ ਨੇ ਜਿਵੇਂ ਆਪਾਂ ਪੰਜ ਪਿਆਰਿਆਂ ਨੂੰ ਲੈ ਕੇ ਆਏ ਸੀ ਬਾਹਰ ਦਸਵੇਂ ਪਾਤਸ਼ਾਹ ਪਤਾ ਕੀ ਕਹਿੰਦੇ ਵਿੱਚ ਖਾਲਸੇ ਨਿਵਾਸ ਮੇਰਾ ਹੋਵੇ ਮੇਰਾ ਹੀ ਹੈ ਰੂਪ ਖਾਲਸਾ ਵਿੱਚ ਖਾਲਸੇ ਨਿਵਾਸ ਮੇਰਾ ਹੋਵੇ ਮੇਰਾ ਹੀ ਹੈ ਰੂਪ ਖਾਲਸਾ ਵਿੱਚ ਖਾਲਸੇ ਨਿਵਾਸ ਮੇਰਾ ਹੋਵੇ ਮੇਰਾ ਹੀ ਹੈ ਰੂਪ ਖਾਲਸਾ ਵਿੱਚ ਖਾਲਸੇ ਨਿਵਾਸ ਮੇਰਾ ਹੋਵੇ ਮੇਰਾ ਹੀ ਹੈ ਰੂਪ ਖਾਲਸਾ ਵਿੱਚ ਖਾਲਸੇ ਨਿਵਾਸ ਮੇਰਾ ਹੋਵੇ ਮੇਰਾ ਹੀ ਹੈ ਰੂਪ ਖਾਲਸਾ ਵਿੱਚ ਖਾਲਸੇ ਨਿਵਾਸ ਮੇਰਾ ਹੋਵੇ ਮੇਰਾ ਹੀ ਹੈ ਰੂਪ ਖਾਲਸਾ ਮੇਰਾ ਹੀ ਹੈ ਜੀ ਰੂਪ ਖਾਲਸਾ ਮੇਰਾ ਹੀ ਹੈ ਜੀ ਰੂਪ ਖਾਲਸਾ ਉਹ ਮੇਰਾ ਹੀ ਹੈ ਜੀ ਰੂਪ ਖਾਲਸਾ ਖਾਲਸਾ ਮੇਰਾ ਹੋਵੇ ਮੇਰਾ ਹੀ ਰੂਪ ਖਾਲਸਾ
ਮੇਰਾ ਕੀ ਹੈ ਰੂਪ ਖਾਲਸਾ, ਵਿੱਚ ਖਾਲਸੇ ਨਿਵਾਸ ਮੇਰਾ ਹੋਵੇ, ਮੇਰਾ ਕੀ ਹੈ ਰੂਪ ਖਾਲਸਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਸ। ਭਾਈ ਜੀ ਨੇ ਮੇਰੇ ਦਰਸ਼ਨ ਕਰਨੇ, ਪੰਜਾਂ ਦੇ ਦਰਸ਼ਨ ਕਰਨੇ, ਇੱਥੋਂ ਆਪਣੀ ਗੱਲ ਸ਼ੁਰੂ ਹੋਈ ਸੀ। ਤੇ ਦੇਖ ਲਓ ਫਿਰ ਪਿਆਰਿਓ, ਭਾਈ ਗੁਰਦਾਸ ਜੀ ਲਿਖਦੇ ਨੇ, ਵਾਹ ਪ੍ਰਗਟਿਓ ਮਰਦੇ ਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਹ ਸਮਾਂ ਯਾਦ ਕਰਿਓ, 9 ਮਹੀਨੇ ਤੇ ਸਾਧ ਸੰਗਤ ਜੀ 9 ਦਿਨ ਦਾ ਘੇਰਾ ਅਨੰਦਪੁਰ ਸਾਹਿਬ। ਮੈਂ ਕੱਲ੍ਹ ਵਿਚਾਰ ਕਰਦਾ ਸੀ, ਜਦੋਂ ਨਗਰ ਕੀਰਤਨ ਦੀ ਤਿਆਰੀ ਹੁੰਦੀ ਸੀ ਨਾ, ਉੱਥੇ ਬੈਠੇ ਵਿਚਾਰ ਕਰਦਾ, ਮੈਂ ਕਿਹਾ ਵੀ 10ਵੇਂ ਪਾਤਸ਼ਾਹ ਦਾ ਕਾਹਦਾ ਰੌਲਾ ਸੀ, ਜ਼ਮੀਨ ਦਾ, ਜਾਇਦਾਦ ਦਾ, ਮਾਇਆ ਦਾ, ਇਸਤਰੀ ਦਾ, ਦੱਸ ਦਿਓ ਜੇ ਕਿਸੇ ਨੂੰ ਹੋਵੇ ਵੀ ਗੁਰੂ ਸਾਹਿਬ ਦਾ ਕੀ ਰੌਲਾ ਸੀ। ਅਸੀਂ ਅੱਜ ਦਸਤਾਰ ਬੰਨਣ ਨੂੰ ਤਿਆਰ ਨਹੀਂ, ਪੱਗ ਬੰਨਣ ਨੂੰ ਤਿਆਰ ਨਹੀਂ, ਅੰਮ੍ਰਿਤ ਛਕਣ ਨੂੰ ਤਿਆਰ ਨਹੀਂ, ਕਹਿੰਦੇ ਹਜੇ ਸੋਚ ਕੇ ਛਕਾਂਗੇ, ਹਜੇ ਵੱਡੇ ਹੋ ਕੇ ਛਕਾਂਗੇ, ਪਤਾ ਨਹੀਂ ਕਦੋਂ ਵੱਡੇ ਹੋਣ, ਕਦੋਂ ਅੰਮ੍ਰਿਤ ਛਕਣਾ, ਕਦੋਂ ਗੁਰੂ ਵਾਲੇ ਬਣਨ। ਸਾਧ ਸੰਗਤ ਜੀ, ਗੁਰੂ ਸਾਹਿਬ ਦਾ ਕੀ ਰੌਲਾ ਸੀ? ਸਿਰਫ ਇੱਕੋ ਹੀ ਰੌਲਾ ਸੀ। ਮਹਾਰਾਜ ਕਹਿੰਦੇ ਅਣਖ ਨਾਲ ਜਿਉਣਾ, ਗੈਰਤ ਨਾਲ ਗੱਜ ਕੇ ਅੱਖੋਂ ਸਤਨਾਮ। ਘੋੜੇ ਤੇ ਨਹੀਂ ਚੜ੍ਹ ਦਿੰਦੇ ਸੀ ਗੁਰੂ ਸਾਹਿਬ, ਕਹਿੰਦੇ ਮੈਂ ਘੋੜੇ ਤੇ ਵੀ ਚੜ੍ਹ, ਜਾਲਮ ਘੋੜੇ ਤੇ ਸਵਾਰੀ ਨਹੀਂ ਕਰਨ ਦਿੰਦੇ ਸੀ, ਗੁਲਾਮੀ ਸੀ। ਗੁਰੂ ਸਾਹਿਬ ਕਹਿੰਦੇ ਘੋੜੇ ਤੇ ਨਹੀਂ ਚੜ੍ਹ ਦਿੰਦੇ, ਮੈਂ ਤੇ ਸਿੱਖਾਂ ਨੂੰ ਘੋੜੇ ਬਖਸ਼ਾਂਗਾ, ਸਿੱਖਾਂ ਦੀ ਸ਼ਾਨ। ਹਾਥੀ ਘੋੜੇ ਅਸ਼ਤਰ ਸ਼ਸਤਰ ਸ਼ਾਨ ਖਾਲਸੇ ਦੀ, 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 ਹਾਥੀ ਘੋੜੇ ਅਸ਼ਤਰ ਸ਼ਸਤਰ ਜਾਣ ਖਾਲਸੇ ਦੀ, ਹਾਥੀ ਘੋੜੇ ਅਸ਼ਤਰ ਸ਼ਸਤਰ ਜਾਣ ਖਾਲਸੇ ਦੀ, ਬਾਣੀ ਬਾਣਾ ਰਹਿਤ ਬੈਤ ਜਿੰਦ ਜਾਣ ਖਾਲਸੇ ਦੀ, ਬਾਣੀ ਬਾਣਾ ਰਹਿਤ ਬੈਤ ਜਿੰਦ ਜਾਣ ਖਾਲਸੇ ਦੀ, ਓ ਬਾਣੀ ਬਾਣਾ ਰਹਿਤ ਬੈਤ ਜਿੰਦ ਜਾਣ ਖਾਲਸੇ ਦੀ, ਪਾਣੀ 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 ਬਾਣਾ ਰਹਿਤ ਬੈਤ ਜਿੰਦ ਜਾਣ ਖਾਲਸੇ ਦੀ,
ਪਾਣੀ ਪਾਣਾ ਰਹਿਤ ਬੈਤ ਜਿੰਦ ਜਾਨ ਖਾਲਸੇ ਦੀ 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 ਦਸਵੇਂ ਪਾਤਸ਼ਾਹ ਕਹਿੰਦੇ ਹਾਥੀ ਘੋੜੇ ਅਸ਼ਤਰ ਸ਼ਸਤਰ ਸ਼ਾਨ ਖਾਲਸੇ ਦੀ ਇਹ ਤਾਂ ਖਾਲਸੇ ਦੇ ਗਹਿਣੇ ਨੇ ਹਾਥੀ ਘੋੜੇ ਸ਼ਸਤਰ ਬਰਸ਼ੇ ਤੇਜੇ ਕਿਰਪਾਨਾਂ ਇਹ ਤਾਂ ਸ਼ਸਤਰ ਤੋਂ ਬਿਨਾਂ ਤਾਂ ਸਿੱਖ ਭੇਡ ਸਮਾਨ ਹੈ ਸ਼ਸਤਰ ਬਿਨ ਸਿੱਖ ਭੇਡ ਸਮਾਨ ਗੁਰੂ ਸਾਹਿਬ ਕਹਿੰਦੇ ਭੇਡ ਵਰਗਾ ਜਿਹਦੇ ਕੋਲ ਸ਼ਸਤਰ ਨਹੀਂ ਦਸਵੇਂ ਪਾਤਸ਼ਾਹ ਨੇ ਸ਼ਸਤਰ ਦਿੱਤਾ ਹੀ ਤਾਂ ਸੀ ਪਿਆਰੋ ਆਪਾਂ ਰੱਖਦੇ ਨਹੀਂ ਸੀ ਹੁਣ ਕਿਵੇਂ ਰੱਖਣ ਲੱਗ ਗਏ ਕਹਿੰਦੇ ਮੋਟਰਸਾਈਕਲ 'ਚ ਕਿਰਪਾਨ ਟੰਗ ਲਓ ਨਹੀਂ ਤਾਂ ਬਟੂਆ ਖੋ ਲੈਣਗੇ ਰਾਹ ਕਰਦੇ ਹੁਣ ਕਿਉਂ ਨਹੀਂ ਕਿਰਪਾਨ ਬਿਨਾਂ ਤੁਰਦੇ ਬਈ ਹਜੇ ਹੋਰ ਸਮਾਂ ਆਊਗਾ ਕਿ ਜਿਹਦੇ ਕੋਲ ਸ਼ਸਤਰ ਨਾ ਹੋਇਆ ਕਰੂਗਾ ਉਹਨੂੰ ਖੜੇ ਨੂੰ ਲੁੱਟ ਲਿਆ ਕਰਨਗੇ ਆਉਣ ਵਾਲੇ ਸਮੇਂ ਇਹ ਦਸਵੇਂ ਪਾਤਸ਼ਾਹ ਦੀਆਂ ਗੱਲਾਂ ਮੂਹਰੇ ਹੋਣਗੀਆਂ ਆਪਣੇ ਮਹਾਰਾਜ ਨੇ ਕਿਹਾ ਸੀ ਸਿੱਖੋ ਸ਼ਸਤਰਧਾਰੀ ਹੋਇਓ ਦਸਤਾਰਧਾਰੀ ਹੋਇਓ ਆਪਾਂ ਦਸਤਾਰ ਵੀ ਗਵਾਤੀ ਆਪਾਂ ਸ਼ਸਤਰ ਵੀ ਗਵਾਤੇ ਤੇ ਗੁਰੂ ਸਾਹਿਬ ਕਹਿੰਦੇ ਜਿਹਨਾਂ ਨੇ ਗੁਰੂ ਦੇ ਬਚਨ ਗਵਾਤੇ ਨਾ ਪਿਆਰੇ ਉਹਨਾਂ ਨੇ ਖਵਾ ਰਹੀ ਹੋਣਾ ਮਿਲਣਾ ਕੱਖ ਨਹੀਂ ਉਹਨਾਂ ਨੂੰ ਗੁਰੂ ਸਾਹਿਬ ਤੇ ਕਿਉਂ ਚੜ੍ਹਾ ਕੇ ਫੌਜਾਂ ਆਈਆਂ ਕਿਉਂ ਚੜ੍ਹੀਆਂ ਫੌਜਾਂ 10 ਲੱਖ ਫੌਜ ਦਾ ਘੇਰਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ 10 ਲੱਖ ਤਾਂ ਸਾਧ ਸੰਗਤ ਜੀ ਠੀਕਰੀਆਂ ਇਕੱਠੀਆਂ ਨਹੀਂ ਹੁੰਦੀਆਂ ਤੇ ਬਾਜਾਂ ਵਾਲੇ ਤੇ 10 ਲੱਖ ਫੌਜ ਦਾ ਘੇਰਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ 10 ਲੱਖ ਫੌਜ ਦਾ ਤੇ ਸਾਧ ਸੰਗਤ ਜੀ ਜਦੋਂ ਦਿੱਲੀ ਤੋਂ ਤੁਰੇ ਤੇ ਜਾ ਕੇ ਪਹਾੜੀ ਰਾਜੇ ਨਾ ਪਿੱਟਦੇ ਸੀ ਜਾ ਕੇ ਪਿੱਟਦੇ ਕਹਿੰਦੇ ਕੀ ਗੱਲ ਹੋ ਗਈ ਪਿੱਟਦੇ ਹੋ ਉਹ ਕਹਿੰਦੇ ਪਿੱਟੀਏ ਨਾ ਹੋਰ ਕੀ ਕਰੀਏ ਜਦੋਂ ਨਗਾਰਾ ਵੱਜਦਾ ਸੀ ਤਾਂ ਆਸਣਾਂ ਤੋਂ ਡਿੱਗ ਪੈਂਦੇ ਥੱਲੇ ਉਹ ਕਹਿੰਦੇ ਇਹੋ ਜਿਹਾ ਨਗਾਰਾ ਕਿਹੜਾ ਵਜਾਉਣ ਲੱਗ ਗਿਆ ਇੱਦਾਂ ਦਾ ਤੇ ਹੈ ਹੀ ਨਹੀਂ ਸੀ ਕੋਈ ਪਹਾੜੀ ਰਾਜੇ ਪਿੱਟਦੇ ਸੀ ਜਾ ਕੇ ਆਨੰਦਪੁਰ ਸਾਹਿਬ ਬਣ ਗਿਆ ਸਰਸਾ ਦੇ ਕੰਢੇ 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 ਅੱਜ ਆਨੰਦਪੁਰ ਸਾਹਿਬ ਬਣ ਗਿਆ ਸਰਸਾ ਦੇ ਕੰਢੇ ਅੱਜ ਆਨੰਦਪੁਰ ਸਾਹਿਬ ਬਣ ਗਿਆ ਸਰਸਾ ਦੇ ਕੰਢੇ ਸਾਹਿਬ ਬਣ ਗਿਆ ਸਰਸਾ ਦੇ ਕੰਢੇ ਆਨੰਦਪੁਰ ਸਾਹਿਬ ਬਣ ਗਿਆ ਸਰਸਾ ਦੇ ਕੰਢੇ ਉੱਥੇ ਗੱਤਕਾ ਖੇਡਣ ਸੂਰਮੇ ਹੱਥ ਫੜ ਕੇ ਖੰਡੇ
ਕੱਤ ਕਾ ਖੇਡਣ ਸੂਰਮੇ ਹੱਥ ਫੜ ਕੇ ਖੰਡੇ ਉਹਦੇ ਕੱਤ ਕਾ ਖੇਡਣ ਸੂਰਮੇ ਹੱਥ ਫੜ ਕੇ ਖੰਡੇ 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 ਹੱਥ ਫੜ ਕੇ ਖੰਡੇ ਗੱਤਕਾ ਖੇਡਣ ਸੂਰਮੇ ਹੱਥ ਫੜ ਕੇ ਖੰਡੇ ਉੱਥੇ ਗੱਤਕਾ ਖੇਡਣ ਸੂਰਮੇ ਹੱਥ ਫੜ ਕੇ ਖੰਡੇ ਗੱਤਕਾ ਖੇਡਣ ਸੂਰਮੇ ਹੱਥ ਫੜ ਕੇ ਖੰਡੇ ਤੇ ਗੱਤਕਾ ਖੇਡਣ ਸੂਰਮੇ ਹੱਥ ਫੜ ਕੇ ਖੰਡੇ ਗੱਤਕਾ ਖੇਡਣ ਸੂਰਮੇ ਹੱਥ ਫੜ ਕੇ ਖੰਡੇ ਉੱਥੇ ਫੌਜਾਂ ਇਕੱਠੀਆਂ ਹੋ ਗਈਆਂ ਕਿਉਂ ਹੋ ਗਏ ਖੰਡੇ ਉੱਥੇ ਫੌਜਾਂ ਇਕੱਠੀਆਂ ਹੋ ਗਈਆਂ ਕਿਉਂ ਹੋ ਗਏ ਖੰਡੇ ਉੱਥੇ ਫੌਜਾਂ ਇਕੱਠੀਆਂ ਹੋ ਗਈਆਂ ਕਿਉਂ ਹੋ ਗਏ ਖੰਡੇ ਉੱਥੇ ਫੌਜਾਂ ਇਕੱਠੀਆਂ ਹੋ ਗਈਆਂ ਕਿਉਂ ਹੋ ਗਏ ਖੰਡੇ ਫੌਜਾਂ ਇਕੱਠੀਆਂ ਹੋ ਗਈਆਂ ਕਿਉਂ ਹੋ ਗਏ ਖੰਡੇ ਉੱਥੇ ਫੌਜਾਂ ਇਕੱਠੀਆਂ ਹੋ ਗਈਆਂ ਜਦੋਂ ਜਾ ਕੇ ਦੱਸਦੇ ਨੇ ਕਹਿੰਦੇ ਭਾਈ ਆਨੰਦਪੁਰ ਜਦੋਂ ਨਗਾਰਾ ਵੱਜਦਾ ਨਾ ਪਹਾੜੀਆਂ ਦੇ ਦਿਲ ਹਿੱਲਦੇ ਕਹਿੰਦੇ ਇਹੋ ਜਿਹਾ ਕੌਣ ਹੈ ਗੁਰੂ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਘੋੜੇ ਵੀ ਰੱਖਦੇ ਨੇ ਕੱਟ ਕੇ ਸਿਖਾਉਂਦੇ ਨੇ ਸਾਹਿਬਜ਼ਾਦੇ ਘੋੜ ਸਵਾਰੀਆਂ ਕਰਦੇ ਨੇ ਤੇ ਪਹਾੜੀ ਰਾਜਿਆਂ ਨੂੰ ਹੋਰ ਕੀ ਰੱਖਾ ਸੀ ਪਿਆਰੇ ਪਹਾੜੀ ਰਾਜਿਆਂ ਨਾਲ ਕਿਹੜਾ ਰੌਲਾ ਸੀ ਮਹਾਰਾਜ ਇੱਕ ਗੱਲ ਯਾਦ ਰੱਖਿਓ ਜਦੋਂ ਕੋਈ ਕਹਿੰਦਾ ਨਾ ਵੀ ਸਿੱਖਾਂ ਨੂੰ ਆਪਦਾ ਘਰ ਚਾਹੀਦਾ ਤੇ ਕਈਆਂ ਨੂੰ ਬੜਾ ਦੁੱਖ ਲੱਗਦਾ ਵੀ ਸਿੱਖ ਘਰ ਕਿਉਂ ਮੰਗਦੇ ਆਪਦਾ ਪਰ ਮੈਂ ਇੱਕ ਬੇਨਤੀ ਕਰਕੇ ਪੁੱਛਣਾ ਚਾਹੁੰਦਾ ਪੁੱਛੋ ਕਿਸੇ ਨੂੰ ਆਨੰਦਪੁਰ ਸਾਹਿਬ ਗੁਰੂ ਸਾਹਿਬ ਨੇ ਵਸਾਇਆ ਕਿਸੇ ਦੀ ਜ਼ਮੀਨ ਤੇ ਨਹੀਂ ਵਸਾਇਆ ਗੁਰੂ ਤੇਗ ਬਹਾਦਰ ਮਹਾਰਾਜ ਨੇ ਮੁੱਲ ਖਰੀਦ ਕੇ ਆਨੰਦਪੁਰ ਵਸਾਇਆ ਗੱਜ ਕੇ ਆਖੋ ਸਤਨਾਮ ਪਹਿਲਾਂ ਆਪਦਾ ਘਰ ਬਣਾਇਆ ਆਨੰਦਪੁਰ ਖਾਲਸੇ ਦਾ ਘਰ ਜਿਹਦਾ ਘਰ ਆਪਣਾ ਨਹੀਂ ਜਿਹਦਾ ਗ੍ਰੰਥ ਆਪਣਾ ਨਹੀਂ ਜਿਹਦੀ ਕੌਮ ਆਪਣੀ ਨਹੀਂ ਉਹ ਕਦੇ ਤਰੱਕੀ ਨਹੀਂ ਕਰਦਾ ਹੁੰਦਾ ਪਿਆਰਿਓ ਮਹਾਰਾਜ ਨੇ ਆਪਦਾ ਘਰ ਬਣਾਇਆ ਆਨੰਦਪੁਰ ਸਾਹਿਬ ਖਾਲਸੇ ਦਾ ਘਰ ਆ ਹੁਣ ਜਿਹੜਾ ਮਰਜ਼ੀ ਹੋਵੇ ਉਹ ਕਹਿੰਦਾ ਜੀ ਮੈਂ ਆਨੰਦਪੁਰ ਦਾ ਵਾਸੀ ਹਾਂ ਪੱਕਾ ਹੀ ਘਰ ਮਿਲ ਗਿਆ ਪੱਕਾ ਹੀ ਆਨੰਦਪੁਰ ਦਾ ਵਾਸੀ ਜਦੋਂ ਮਰਜ਼ੀ ਬਣ ਜਾ ਤੇ ਦਸਵੇਂ ਪਾਤਸ਼ਾਹ ਨੂੰ ਪਹਾੜੀ ਰਾਜਿਆਂ ਨੂੰ ਕੀ ਈਰਖਾ ਸੀ ਕਿਤੇ ਮਹਾਰਾਜ ਤੋਂ ਹਾਥੀ ਮੰਗਦੇ ਸੀ ਕਿਤੇ ਮਹਾਰਾਜ ਤੋਂ ਘੋੜੇ ਮੰਗਦੇ ਸੀ ਕਿਤੇ ਮਹਾਰਾਜ ਤੋਂ ਚੌਂਕੀ ਮੰਗਦੇ ਸੀ ਕਿਤੇ ਮਹਾਰਾਜ ਤੋਂ ਚਾਨਣੀ ਮੰਗਦੇ ਸੀ ਬਸ ਇਹੀ ਈਰਖਾ ਸੀ ਵੀ ਮਹਾਰਾਜ ਕੋਲੇ ਸੰਗਤ ਕਿਉਂ ਦੀ ਆ ਕੋ ਸਤਨਾਮ ਆ ਦੇਖ ਲਓ ਕਿੰਨਾ ਚਾਹ ਸੰਗਤਾਂ ਦਾ ਕਈ ਨੰਗੇ ਪੈਰ ਤੁਰੇ ਆਉਂਦੇ ਨੇ ਕਈ ਸੁੱਤੇ ਹੀ ਨੀ ਚਾਰ ਪੰਜ ਦਿਨ ਤੋਂ ਤੇ ਕਈਆਂ ਨੇ ਸਾਧ ਸੰਗਤ ਜੀ ਸਾਰੀ ਦਿਹਾੜੀ ਸਿਮਰਨ ਕੀਤਾ ਟਰਾਲੀਆਂ 'ਚ ਬੈਠ ਕੇ ਭੈਣਾਂ ਬੀਬੀਆਂ ਨੇ ਮਾਵਾਂ ਨੇ ਤੇ ਕਈ ਕਰਮਾਂ ਦੇ ਮਾਰੇ ਇਹੋ ਜਿਹੇ ਨੇ ਉਹ ਕਹਿੰਦੇ ਜੀ ਕੀ ਫਾਇਦਾ ਨਗਰ ਕੀਰਤਨ ਕਰਨ ਦਾ ਕੋਈ ਸਤਨਾਮ ਸ੍ਰੀ ਵਾਹਿਗੁਰੂ
ਕੋਲ ਪੁੱਛੇ ਵੀ ਤਾਂ ਖੇਡਣ ਦਾ ਫਾਇਦਾ, ਸ਼ਰਾਬਾਂ ਮਾਸ ਖਾ ਲਓ ਦਾ ਫਾਇਦਾ, ਜੇ ਗੁਰੂ ਦੇ ਦਰਸ਼ਨ ਹੋਣਗੇ, ਢਾਡੀ ਸਿੰਘ ਆਉਣਗੇ, ਪਤਾ ਲੱਗੂਗਾ ਵੀ ਖਾਲਸੇ ਦੀ ਸ਼ਾਨ ਕਿੰਨੀ ਹੈ। ਮੈਂ ਅੱਜ ਬੇਨਤੀ ਕਰਦਾ ਸੀ ਚੁਗਾਵੇਂ, ਮੈਂ ਕਿਹਾ ਵੀ ਦੁਨੀਆਂ ਤੇ ਕੋਈ ਏਦਾਂ ਦਾ ਗ੍ਰੰਥ ਨਹੀਂ ਹੋਣਾ ਜਿਹੜੇ ਗ੍ਰੰਥ ਦੀ ਇੰਨੀ ਚੜ੍ਹਦੀ ਕਲਾ ਹੋਵੇ। ਰੱਬ ਕੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਜਿਹਨਾਂ ਦਾ ਇੰਨਾ ਸਤਿਕਾਰ ਹੈ, ਕਿਸੇ ਹੋਰ ਗ੍ਰੰਥ ਦਾ ਸਤਿਕਾਰ ਨਹੀਂ ਹੋਣਾ ਸੰਗਤ ਤੇ, ਕੋਈ ਦੁਨੀਆਂ ਤੇ ਗ੍ਰੰਥ ਨਹੀਂ ਹੋਣਾ ਇੰਨਾ ਦਾ। ਪਾਲਿਆ ਘੇਰਾ ਆਨੰਦਪੁਰ ਸਾਹਿਬ ਨੂੰ 9 ਮਹੀਨੇ ਤੋਂ ਵੱਧ, ਤੇ ਤੁਹਾਨੂੰ ਪਤਾ ਬਤਾਵਾ ਵੀ ਸਿੰਘ ਦੇ ਕੇ ਚਲੇ ਗਏ ਭੁੱਖਾਂ ਦੇ ਮਾਰੇ, 9 ਮਹੀਨੇ ਦੀਆਂ ਭੁੱਖਾਂ ਕੱਟੀਆਂ ਬਦਾਵਾ ਦੇ ਗਏ। ਆਪਾਂ ਬੜਾ ਸੁਣਾਉਂਦੇ ਹਾਂ, ਆਪਾਂ ਕਹਿੰਦੇ ਜੀ ਬਦਾਵਾ ਦੇ ਗਏ, ਕੋਈ ਪੁੱਛਿਓ ਤਾਂ 9 ਮਹੀਨੇ ਕੱਟ ਕੇ ਦੇ ਕੇ ਕਹਿੰਦੇ ਆਪਾਂ ਰੱਜੇ ਪੁੱਜੇ ਹੀ ਦੇਈ ਜਾਂਦੇ ਹਾਂ। ਉਹ ਤਾਂ 9 ਮਹੀਨੇ ਭੁੱਖਾਂ ਕੱਟ ਕੇ ਬਦਾਵਾ ਦੇ ਕੇ ਗਏ ਨਾ, ਪਹਿਲਾਂ 9 ਮਹੀਨੇ ਭੁੱਖਾਂ ਕੱਟੀਆਂ ਫਿਰ ਬਦਾਵਾ ਦਿੱਤਾ। ਆਪਾਂ ਰੱਜੇ ਪੁੱਜੇ ਖਾਂਦੇ ਪੀਂਦੇ ਹੀ ਬਦਾਵਾ ਦੇਈ ਬੈਠੇ ਹਾਂ, ਆਪਾਂ ਕਮੀ ਵੀ ਕੋਈ ਨਹੀਂ, ਆਪਾਂ ਭੁੱਖ ਵੀ ਕੋਈ ਨਹੀਂ ਕੱਟੀ, ਆਪਾਂ 9 ਮਹੀਨੇ ਦੀ ਜੇਲ੍ਹ ਵੀ ਕੋਈ ਨਹੀਂ ਕੱਟੀ, ਆਪਾਂ ਉਹੀ ਬਦਾਵਾ ਦੇਈ ਬੈਠੇ। ਤੇ ਸਾਧ ਸੰਗਤ ਜੀ ਬਦਾਵਾ ਦੇ ਕੇ ਸਿੰਘ ਚਲੇ ਗਏ। ਅੱਜ ਉਹ ਸਮਾਂ ਆ ਗਿਆ ਜਦੋਂ ਆਨੰਦਪੁਰ ਮਹਾਰਾਜ ਨੇ ਛੱਡਣਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਯਾਦ ਕਰੋ ਅੱਜ ਕਿਵੇਂ ਮਹਾਰਾਜ ਨੇ ਆਨੰਦਪੁਰ ਛੱਡਿਆ ਹੋਊਗਾ। 6 ਤੇ 7 ਪੋ ਦੀ ਰਾਤ ਨੂੰ, ਅੱਗੇ ਰਾਤ ਆਉਣ ਵਾਲੀ ਹੈ 6 ਤੇ 7 ਪੋ ਦੀ, ਘਰ ਛੱਡਣਾ ਬੜਾ ਔਖਾ ਹੁੰਦਾ ਪਿਆ। ਆਪਾਂ ਹੁਣ ਆਏ, ਆਪਾਂ ਨੂੰ ਘੜੀਆਂ ਵੇਖਦੇ ਵੀ ਕਿਹੜੇ ਵੇਲੇ ਘਰੇ ਜਾਵਾਂਗੇ, ਨਾਲੇ ਪਤਾ ਵੀ ਚਲੇ ਹੀ ਜਾਣਾ, ਉੱਥੇ ਹੀ ਘਰ ਆ ਗਿਆ ਨਾ ਗਾਂਹ ਹੋਣਾ ਨਾ ਪਛਾਣ ਹੋਣਾ, ਫਿਰ ਵੀ ਆਪਾਂ ਨੂੰ ਕਿੰਨੀ ਖਿੱਚ ਬਣੀ ਖੜੀ ਹੈ ਵੀ ਘਰੇ ਜਾਵਾਂਗੇ, ਕਿਵੇਂ ਦੇਣ ਦੇਵਾਂਗੇ ਮਹਾਰਾਜ ਦਾ। ਇੱਕ ਵਾਰੀ ਆਨੰਦਪੁਰ ਛੱਡਿਆ, ਮੁੜ ਕੇ ਫੇਰਾ ਪਾਇਆ ਇੰਨੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਆਨੰਦਪੁਰ ਸਾਹਿਬ ਛੱਡਣ ਨੂੰ ਤਿਆਰਾ ਕਰ ਲਿਆ ਮਹਾਰਾਜ ਨੇ। ਜਦੋਂ ਹਰੇਕ ਸਾਲ ਪੜ੍ਹੀਦਾ ਨਾ, ਅੱਖਾਂ ਚ ਹੰਝੂ ਆਉਂਦੇ, ਹੁਣ ਉਹਨੇ ਦਿਨ ਪੜ੍ਹੀ ਜਾਣਾ, 15 ਦਿਨ ਪੰਦਰਵਾੜਾ ਸ਼ਹੀਦੀ ਦਿਹਾੜੇ, ਉਹਨੇ ਦਿਨ ਮਹਾਰਾਜ ਦਾ ਜਸ ਗਾਈ ਜਾਣਾ ਵੀ ਧੰਨ ਸੱਚੇ ਪਾਤਸ਼ਾਹ, ਧੰਨ ਕੁਰਬਾਨੀ ਤੁਹਾਡੀ, ਧੰਨ ਕੁਰਬਾਨੀ। ਜਦੋਂ ਮਹਾਰਾਜ ਆਨੰਦਪੁਰ ਛੱਡਣ ਲੱਗੇ, ਸਾਹਿਬਜ਼ਾਦੇ ਤਿਆਰ ਹੋ ਗਏ, ਮਾਤਾ ਹੋ ਗਈ, ਮਹਿਲ ਹੋ ਗਏ, ਸਿੱਖ ਹੋ ਗਏ, ਤੇ ਕਹਿੰਦੇ ਦਸਵੇਂ ਪਾਤਸ਼ਾਹ ਪਹਿਲਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਥਾਨ ਤੇ ਮੱਥਾ ਟੇਕਣ ਗਏ, ਜਿੱਥੇ ਮਹਾਰਾਜ ਦੇ ਸੀਸ ਦਾ ਸੰਸਕਾਰ ਹੋਇਆ, ਤੇ ਮਹਾਰਾਜ ਨੇ ਉੱਥੇ ਜਾ ਕੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰਿਓ, ਸੰਗਤਾਂ ਨੂੰ ਅਡੋਲਤਾ ਬਖਸ਼ਿਓ, ਸਿੱਖੀ ਸਿਦਕ ਬਖਸ਼ਿਓ, ਜਿਵੇਂ ਤੁਸੀਂ ਦਿੱਲੀ ਚ ਸੀਸ ਦਿੱਤਾ ਨਾ ਜਾ ਕੇ, ਕਿਰਪਾ ਕਰਿਓ। ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕਨਾ, ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕਨਾ, ਜਾਵੇ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕਨਾ, ਜਾਵੇ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕਨਾ, ਜਾਵੇ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕਨਾ, ਜਾਵੇ।
ਹੈ ਚਲ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ ਚਲ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ ਚਲ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ ਚਲ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ ਚਲ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ ਚਲ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ ਸਿੱਖੀ ਸਦਕ ਨਾ ਜਾਵੇ ਸਿੱਖੀ ਸਦਕ ਨਾ ਸਿੱਖੀ ਸਦਕ ਨਾ ਜਾਵੇ ਸਦਕ ਨਾ ਜਾਵੇ ਉਹ ਸਿੱਖੀ ਸਦਕ ਨਾ ਜਾਵੇ ਸਿੱਖੀ ਸਦਕ ਨਾ ਜਾਵੇ ਸਿੱਖੀ ਸਦਕ ਨਾ ਜਾਵੇ ਸਦਕ ਨਾ ਜਾਵੇ ਸਿੱਖੀ ਸਦਕ ਨਾ ਜਾਵੇ ਸਿੱਖੀ ਸਦਕ ਨਾ ਜਾਵੇ ਸਿੱਖੀ ਸਦਕ ਨਾ ਜਾਵੇ ਸਿੱਖੀ ਸਦਕ ਨਾ ਜਾਵੇ ਜਾਵੇ ਸਾਡਾ ਸਿੱਖੀ ਸਦਕ ਨਾ ਚਲ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ ਉਹ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ ਸਾਡੇ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ ਚਲ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ ਚਲ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ ਮਹਾਰਾਜ ਨੇ ਅਰਦਾਸ ਕੀਤੀ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਿਓ ਸਿੱਖੀ ਸਦਕ ਨਿਭਾ ਦਿਓ ਤੇ ਜਦੋਂ ਅਨੰਦਪੁਰ ਛੱਡ ਕੇ ਤੁਰਦੇ ਨੇ ਤੇ ਸ਼ੈਰ ਦਾ ਕਥਨ ਹੈ ਕਥਨ ਕੀ ਹੈ ਮੈਂ ਕਹਿੰਦਾ ਹੋਇਆ ਹੀ ਹੋਊਗਾ ਅਨੰਦਪੁਰੀ ਦੀਆਂ ਤੇ ਦਸਵੇਂ ਪਾਤਸ਼ਾਹ ਦੀਆਂ ਗੱਲਾਂ ਹੋਈਆਂ ਜਿਹੜੇ ਕਹਿੰਦੇ ਨਗਰ ਕੀਰਤਨ ਦੀ ਕੀ ਲੋੜ ਹੈ ਸੁਣ ਕੇ ਜਾਇਓ ਅਨੰਦਪੁਰੀ ਦੀਆਂ ਤੇ ਦਸਵੇਂ ਪਾਤਸ਼ਾਹ ਦੀਆਂ ਗੱਲਾਂ ਜਦੋਂ ਮਹਾਰਾਜ ਅਨੰਦਪੁਰ ਛੱਡ ਕੇ ਜਾਣ ਲੱਗੇ ਅਨੰਦਪੁਰੀ ਸਾਹਮਣੇ ਖੜ ਗਿਆ ਤੇ ਅਨੰਦਪੁਰੀ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕਰਦੀ ਹੈ ਬਾਜਾਂ ਵਾਲਿਆ ਸੱਚੇ ਪਾਤਸ਼ਾਹ ਜੀ ਮੈਨੂੰ ਛੱਡ ਕੇ ਚੱਲਿਆ ਹੀ ਨਹੀਂ ਰੌਣਕਾਂ ਲਾਈਆਂ ਬਾਣੀ ਦੇ ਪ੍ਰਵਾਹ ਚੱਲੇ ਕਿਉਂਕਿ ਖੁਸ਼ੀਆਂ ਮਹਾਰਾਜ ਨਾਲ ਹੀ ਲੈ ਜਾਂਦੇ ਨੇ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿੰਨੀਆਂ ਖੁਸ਼ੀਆਂ ਨੇ ਦੇਖੋ ਆ ਹੁਣ ਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਸੌਖਾਸਨ ਹੋ ਜਾਣਾ ਆਪਾਂ ਸਾਰੇ ਨੇ ਆਪ ਜਾ ਕੇ ਘਰੀ ਚਲੇ ਜਾਣਾ ਖੁਸ਼ੀਆਂ ਮਹਾਰਾਜ ਨਾਲ ਹੀ ਲੈ ਕੇ ਇਹ ਖੁਸ਼ੀਆਂ ਗੁਰੂ ਦੇ ਨਾਲ ਹੀ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਖੁਸ਼ੀਆਂ ਪੰਥ ਦੇ ਨਾਲ ਨੇ ਗ੍ਰੰਥ ਦੇ ਨਾਲ ਨੇ ਇਹ ਗੁਰੂ ਦੀਆਂ ਖੁਸ਼ੀਆਂ ਨੇ ਭਾਈ ਜਦੋਂ ਮਹਾਰਾਜ ਸੱਚਖੰਡ ਜਾਂਦੇ ਨੇ ਤੇ ਖੁਸ਼ੀਆਂ ਨਾਲ ਹੀ ਲੈ ਜਾਂਦੇ ਵਾਹ ਜੀ ਤੇ ਅਨੰਦਪੁਰੀ ਨੇ ਬੇਨਤੀ ਕੀਤੀ ਮਹਾਰਾਜ ਅੱਜ ਛੱਡ ਕੇ ਚੱਲੇ ਹੋ ਸੱਚੇ ਪਾਤਸ਼ਾਹ ਕਰੋ ਬੇਨਤੀ ਸਾਰੇ ਦਾਤਾ ਆਪ ਕਿੱਧਰ ਤੋਂ ਚੱਲੇ ਦਾਤਾ ਆਪ ਕਿੱਧਰ ਤੋਂ ਚੱਲੇ ਦਾਤਾ ਆਪ ਕਿੱਧਰ ਨੂੰ 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 ਚੱਲੇ ਦਾਤਾ ਆਪ ਕਿੱਧਰ ਤੋਂ ਚੱਲੇ ਦਾਤਾ ਆਪ ਕਿੱਧਰ ਤੋਂ ਚੱਲੇ ਦਾਤਾ ਆਪ
ਕਿਧਰ ਨੂੰ ਚੱਲੇ ਦਾਤਾ ਆਪ ਕਿਧਰ ਨੂੰ ਚੱਲੇ ਦਾਤਾ ਆਪ ਕਿਧਰ ਨੂੰ ਚੱਲੇ ਦਾਤਾ ਆਪ ਕਿਧਰ ਨੂੰ ਚੱਲੇ ਜਾਣੇ ਨਹੀਂ ਵਿਛੋੜੇ ਚੱਲੇ ਜਾਣੇ ਨਹੀਂ ਵਿਛੋੜੇ ਚੱਲੇ ਵਿਛੋੜੇ ਚੱਲੇ ਜਾਣੇ ਵਿਛੋੜੇ ਚੱਲੇ ਸਾਡੇ ਹੋਰ ਨਹੀਂ ਕੁਝ ਪੱਲੇ ਸਾਡੇ ਹੋਰ ਨਹੀਂ ਕੁਝ ਪੱਲੇ ਸਾਡੇ ਹੋਰ ਨਹੀਂ ਕੁਝ ਪੱਲੇ ਸਾਡੇ ਹੋਰ ਨਹੀਂ ਪੱਲੇ ਸਾਡੇ ਹੋਰ ਨਹੀਂ ਕੁਝ ਪੱਲੇ ਸਾਡੇ ਹੋਰ ਨਹੀਂ ਕੁਝ ਪੱਲੇ ਦਰਸ਼ ਦਿਦਾਰ ਤੋਂ ਬਿਨਾ 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 ਦਰਸ਼ਦਾਰ ਤੋਂ ਬਿਨਾ ਕਿਵੇਂ ਰਹਾਂਗੇ ਦਸ ਖਲ ਕੀ ਬਾਲਣਿਆ ਤੇਰੇ ਦੀਦਾਰ ਤੋਂ ਬਿਨਾ ਕਿਵੇਂ ਰਹਾਂਗੇ ਦਸ ਖਲ ਕੀ ਬਾਲਣਿਆ ਤੇਰੇ ਦੀਦਾਰ ਤੋਂ ਬਿਨਾ ਕਿਵੇਂ ਰਹਾਂਗੇ ਦਸ ਖਲ ਕੀ ਬਾਲਣਿਆ ਤੇਰੇ ਦੀਦਾਰ ਤੋਂ ਬਿਨਾ ਕਲਗੀ ਬਾਲੜਿਆ ਤੇਰੇ ਦੀਦਾਰ ਤੋਂ ਬਿਨਾ ਦਸਖਾ ਕਲਗੀ ਬਾਲੜਿਆ ਤੇਰੇ ਦੀਦਾਰ ਤੋਂ ਬਿਨਾ ਆਨੰਦਪੁਰੀ ਬੇਨਤੀ ਕਰਦੀ ਹੈ ਮਹਾਰਾਜ ਤੇਰੇ ਦਰਸ਼ਨਾਂ ਬਿਨਾਂ ਕਿਵੇਂ ਰਵਾਂ ਜਿਨ੍ਹਾਂ ਦਾ ਪਿਆਰ ਹੋਵੇ ਇੱਕ ਮਿੰਟ ਨਹੀਂ ਰਹਿੰਦੇ ਇੱਕ ਮਿੰਟ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਉਹਨਾਂ ਦੀ ਤਾਂ ਜਾਨ ਨਿਕਲਦੀ ਹੈ ਜਿਨ੍ਹਾਂ ਦਾ ਪਿਆਰ ਹੈ ਉਹ ਤਾਂ ਜਿਵੇਂ ਜਿਵੇਂ ਨਗਰ ਕੀਰਤਨ ਸਮਾਪਤ ਹੁੰਦਾ ਨਾ ਉਹਨਾਂ ਦਾ ਦਿਲ ਘਟਦਾ ਵੀ ਹੁਣ ਅਗਲੇ ਸਾਲ ਤੇ ਗਈ ਗੱਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਉਹ ਤਾਂ ਮਨ ਚ ਸੋਚਦੇ ਆ ਵੀ ਹੁਣ ਤਾਂ ਅਗਲੇ ਸਾਲ ਤੇ ਗੱਲ ਗਈ ਹੁਣ ਤਾਂ ਇੱਕ ਪੜਾਅ ਰਹਿ ਗਿਆ ਬਸ ਹੋ ਗਈ ਸਮਾਪਤ ਹੁਣ ਅਗਲੇ ਸਾਲ ਕਿਹੜੀਆਂ ਰੂਹਾਂ ਹੋਣਗੀਆਂ ਕਿਹੜੇ ਸੇਵਾ ਕਰਨਗੇ ਕਿਹੜੇ ਆਉਣਗੇ ਇਹ ਗੁਰੂ ਆਪ ਜਾਣੇ ਜ਼ਿੰਦਗੀ ਦਾ ਇੱਕ ਮਿੰਟ ਦਾ ਭਰੋਸਾ ਨਹੀਂ ਜਿਹੜੇ ਅੱਜ ਰਹਿ ਗਏ ਹੋਣਗੇ ਚਲੋ ਜੀ ਸ਼ਾਮ ਨੂੰ ਚੱਲਾਂਗੇ ਆ ਮੈਨੂੰ ਦੋ ਤਿੰਨ ਮਿਲੇ ਬਾਬਾ ਜੀ ਕੰਮ ਬਹੁਤ ਪੈ ਗਿਆ ਮੈਂ ਕਿਹਾ ਕੰਮ ਨਹੀਂ ਮੁੱਕਣੇ ਆਪਾਂ ਮੁੱਕ ਜਾਣਾ ਕੰਮ ਨਹੀਂ ਮੁੱਕਣੇ ਜੇ ਸਾਨੂੰ ਗੁਰੂ ਤੋਂ ਵੱਡਾ ਕੋਈ ਕੰਮ ਲੱਗਦਾ ਨਾ ਸਾਡੇ ਬਹੁਤ ਮਾੜੇ ਭਾਗ ਆ ਜੇ ਸਾਨੂੰ ਕੰਮ ਕੋਈ ਗੁਰੂ ਤੋਂ ਵੀ ਵੱਡਾ ਲੱਗਦਾ ਨਾ ਸਮਝੋ ਸਾਡੇ ਬਹੁਤ ਮਾੜੇ ਭਾਗ ਦਸਵੇਂ ਪਾਤਸ਼ਾਹ ਨੇ ਜਦੋਂ ਆਨੰਦਪੁਰੀ ਨੇ ਆਹ ਬੇਨਤੀ ਕੀਤੀ ਤੇ ਮਹਾਰਾਜ ਮੂਹਰਿਓ ਕੀ ਜਵਾਬ ਦਿੰਦੇ ਆ ਸਾਰੇ ਪੜਿਆ ਕਰੋ ਨਾਲ ਤੁਰਪੇ ਅੰਤ ਸਤਿਗੁਰੂ ਕਹਿ ਕੇ 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 ਤੁਰਪੇ ਅੰਤ ਸਤਿਗੁਰੂ ਤੁਰਪੇ ਅੰਤ ਸਤਿਗੁਰੂ ਕਹਿ ਕੇ 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 ਆਇਆ ਕਰੂੰ ਸੰਗਤ ਨੂੰ ਲੈ ਕੇ ਆਇਆ ਕਰੂੰ ਸੰਗਤ ਨੂੰ ਲੈ ਕੇ ਆਇਆ ਕਰੂੰ ਸੰਗਤ ਨੂੰ ਲੈ ਕੇ ਆਇਆ ਕਰੂੰ ਸੰਗਤ ਨੂੰ
ਲੈ ਕੇ ਆਇਆ, ਕਰੂ ਸੰਗਤ ਨੂੰ ਲੈ ਕੇ ਆਇਆ, ਕਰੂ ਸੰਗਤ ਨੂੰ ਲੈ ਕੇ ਆਇਆ, ਕਰੂ ਸੰਗਤ ਨੂੰ ਲੈ ਕੇ ਆਇਆ, ਕਰੂ ਸੰਗਤ ਨੂੰ ਲੈ ਕੇ ਆਇਆ, ਕਰੂ ਸੰਗਤ ਨੂੰ ਲੈ ਕੇ ਆਇਆ, ਕਰੂ ਸੰਗਤ ਨੂੰ ਲੈ ਕੇ ਆਇਆ, ਕਰੂ ਸੰਗਤ ਨੂੰ ਲੈ ਕੇ ਆਇਆ, ਕਰੂ ਸੰਗਤ ਨੂੰ ਲੈ ਕੇ ਦਰਬਾਰ ਵਿੱਚੂਗਾ ਬਹਿ ਕੇ ਤੇਰੇ ਸ਼ੰਦਪੁਰੀਏ, 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 ਜਾਂਦੀ ਵਾਰ ਦੇ ਮੇਲੇ ਮੁੜ ਕੇ ਆਉਣਾ ਨਹੀਂ, ਬਸ ਲੈ ਅਨੰਦਪੁਰੀਏ, ਜਾਂਦੀ ਵਾਰ ਦੇ ਮੇਲੇ ਮੁੜ ਕੇ ਆਉਣਾ ਨਹੀਂ, ਬਸ ਲੈ ਅਨੰਦਪੁਰੀਏ, ਜਾਂਦੀ ਵਾਰ ਦੇ ਮੇਲੇ ਮੁੜ ਕੇ ਆਉਣਾ ਨਹੀਂ, ਬਸ ਲੈ ਅਨੰਦਪੁਰੀਏ, ਉਹ ਜਾਂਦੀ ਵਾਰ ਦੇ ਮੇਲੇ ਮੁੜ ਕੇ ਆਉਣਾ ਨਹੀਂ, ਬਸ ਲੈ ਅਨੰਦਪੁਰੀਏ, ਵਾਰ ਦੇ ਮੇਲੇ ਮੁੜ ਕੇ ਆਉਣਾ ਨਹੀਂ, ਬਸ ਲੈ ਅਨੰਦਪੁਰੀਏ, ਗੱਜ ਕੇ ਬਸ ਲੈ ਅਨੰਦਪੁਰੀਏ, ਸਾਡੇ ਜਾਂਦੀ ਵਾਰ ਦੇ ਮੇਲੇ ਮੁੜ ਕੇ ਆਉਣਾ, ਬਸ ਲੈ ਅਨੰਦਪੁਰੀਏ, ਜਾਂਦੀ ਵਾਰ ਦੇ ਮੇਲੇ ਮੁੜ ਕੇ ਆਉਣਾ ਨਹੀਂ, ਬਸ ਲੈ ਅਨੰਦਪੁਰੀਏ, ਜਾਂਦੀ ਵਾਰ ਦੇ ਮੇਲੇ ਮੁੜ ਕੇ ਆਉਣਾ ਨਹੀਂ, ਬਸ ਲੈ ਅਨੰਦਪੁਰੀਏ, ਜਾਂਦੀ ਵਾਰ ਦੇ ਮੇਲੇ ਮੁੜ ਕੇ ਆਉਣਾ ਨਹੀਂ, ਬਸ ਲੈ ਅਨੰਦਪੁਰੀਏ, ਵਾਰ ਦੇ ਮੇਲੇ ਮੁੜ ਕੇ ਆਉਣਾ ਨਹੀਂ, ਬਸ ਲੈ ਅਨੰਦਪੁਰੀਏ, ਵਾਰ ਦੇ ਮੇਲੇ ਮੁੜ ਕੇ ਆਉਣਾ ਨਹੀਂ, ਬਸ ਲੈ ਅਨੰਦਪੁਰੀਏ, ਲੈ ਅਨੰਦਪੁਰੀਏ ਤੂੰ ਵਸ ਲੈਣੀ, 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 ਲੈ ਅਨੰਦਪੁਰੀਏ ਤੂੰ ਵਸ ਲੈਣੀ, 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 ਇਹ ਰਾਗ ਨੇ ਦਲੀਰ ਬਾਬਾ ਦੇ, 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 ਰਾਜ ਨੇ ਦਲੀਰ ਬਾਬਾ ਦੇ, ਰਾਜ ਨੇ ਦਲੀਰ ਬਾਬਾ ਦੇ, ਕਿਉਂ ਕਹਿ ਕੇ ਕਲਗੀਆਂ ਵਾਲੇ ਨੇ ਵਿੱਚ ਧਰ ਲੈ ਚਰਨ ਕਾਪਾਂ, ਕਲਗੀਆਂ ਵਾਲੇ ਵਿੱਚ ਧਰ ਲੈ ਚਰਨ ਕਾਪਾਂ ਦੇ, ਕਹਿ ਕੇ ਕਲਗੀਆਂ ਵਾਲੇ ਨੇ ਵਿੱਚ ਧਰ ਲੈ ਚਰਨ ਕਾਪਾਂ ਦੇ, ਕਹਿ ਕੇ ਕਲਗੀਆਂ ਵਾਲੇ ਨੇ ਵਿੱਚ ਧਰ ਲੈ ਚਰਨ ਕਾਪਾਂ ਦੇ, ਕਹਿ ਕੇ ਕਲਗੀਆਂ ਵਾਲੇ ਨੇ ਵਿੱਚ ਧਰ ਲੈ ਚਰਨ ਕਾਪਾਂ ਦੇ, ਉਹ ਕਹਿ ਕੇ ਕਲਗੀਆਂ ਵਾਲੇ ਨੇ ਵਿੱਚ ਧਰ ਲੈ ਚਰਨ ਕਾਪਾਂ ਦੇ, ਕਹਿ ਕੇ ਕਲਗੀਆਂ ਵਾਲੇ ਨੇ
ਧਰਲੇ ਚਾਦਰ ਕਾਬਾ ਵੇ ਕਲਗੀਆਂ ਵਾਲੇ ਨੇ ਧਰਲੇ ਚਾਦਰ ਕਾਬਾ ਵੇ ਕਲਗੀਆਂ ਵਾਲੇ ਨੇ ਉਹ ਧਰਲੇ ਚਰਨ ਰਕਾਬਾ ਵੇ ਤਰਲੇ ਚਰਨ ਰਕਾਬਾ ਦੇ ਉਹ ਕਹਿ ਕੇ ਕਲਗੀਆਂ ਵਾਲੇ ਨੇ ਵਿੱਚ ਤਰਲੇ ਚਰਨ ਰਕਾਬਾ ਦੇ ਲੈ ਅਨੰਦਪੁਰੀਏ ਤੂੰ ਵਸ ਲੈ ਨੀ ਕਰ ਕੂਦ ਚੱਲੇ ਮੋੜੇ ਆਉਣਾ ਅਨੰਦਪੁਰੀਏ ਤੂੰ ਵਸ ਲੈ ਨੀ ਕਰ ਕੂਦ ਚੱਲੇ ਮੋੜੇ ਆਉਣਾ ਅਨੰਦਪੁਰੀਏ ਤੂੰ ਵਸ ਲੈ ਨੀ ਕਰ ਕੂਦ ਚੱਲੇ ਮੋੜੇ ਆਉਣਾ ਜੀ ਲੈ ਅਨੰਦਪੁਰੀਏ ਤੂੰ ਵਸ ਲੈ ਨੀ ਕਰ ਤੂੰ ਚੱਲੇ ਮੁੜੇ ਆਉਣਾ ਨੀ ਤੂੰ ਬਸ ਲੈ ਨੀ ਕਰ ਤੂੰ ਚਿਪਰੇ ਮੁੜੇ ਆਉਣਾ ਨੀ ਚਿਪਰੇ ਮੁੜੇ ਆਉਣਾ ਨੀ ਦਸਵੇਂ ਪਾਤਸ਼ਾਹ ਨੇ ਲੈ ਅਨੰਦਪੁਰੀਏ ਤੂੰ ਬਸ ਲੈ ਨੀ ਰਾਗ ਨੇ ਦਲੀਰ ਬਾਬਾ ਦੇ ਇਉਂ ਕਹਿ ਕੇ ਕਲਗੀਆਂ ਵਾਲੇ ਨੇ ਵਿੱਚ ਧਰਲੇ ਚਰਨ ਰਕਾਬਾ ਆਨੰਦਪੁਰ ਛੱਡ ਕੇ ਤੁਰ ਪਏ ਮਹਾਰਾਜ ਤੇ ਸਾਧ ਸੰਗਤ ਜੀ ਸਰਸਾ ਦੇ ਕੰਢੇ ਅੱਖਾਂ ਮੂਹਰੇ ਸੀਨ ਲੈ ਕੇ ਆਇਓ ਮਹਾਰਾਜ ਮਹਾਰਾਜ ਸਰਸਾ ਦੇ ਕੰਢੇ ਆ ਗਏ ਤੇ ਸ਼ਾਹੀ ਟਿੱਬੀ ਤੇ ਜੰਗ ਹੁੰਦਾ ਸ਼ਾਹੀ ਟਿੱਬੀ ਗੁਰਦੁਆਰਾ ਉੱਥੇ ਜੰਗ ਹੋਇਆ ਸ਼ਾਹੀ ਟਿੱਬੀ ਤੇ ਦਸਵੇਂ ਪਾਤਸ਼ਾਹ ਨੇ ਸਾਹਿਬਜ਼ਾਦੇ ਨੂੰ ਭੇਜਿਆ ਅਜੀਤ ਸਿੰਘ ਨੂੰ ਬਾਬਾ ਜੀਵਨ ਸਿੰਘ ਜੀ ਕਿੰਨੇ ਕਿੰਨੇ ਸਿੱਖ ਮਹਾਰਾਜ ਦੇ ਪਿਆਰ ਵਾਲੇ ਜੰਗ ਲੜਦੇ ਆ ਤੇ ਮਹਾਰਾਜ ਕਹਿੰਦੇ ਸੂਰਮਿਓ ਲੜੇ ਦੀਨ ਕਹੇ ਦਸੂਰਾ ਸੋਈ ਸੂਰਾ ਦੀਨ ਕਹੇ ਦਸੂਰਾ ਸੋਈ ਸੂਰਾ ਸੋਈ ਲੜੇ ਦੀਨ ਕਹੇ ਦਸੂਰਾ ਸੋਈ ਸੂਰਾ ਸੋਈ ਲੜੇ ਦੀਨ ਕਹੇ ਦਸੂਰਾ ਸੋਈ ਸੂਰਾ ਸੋਈ ਲੜੇ ਦੀਨ ਕਹੇ ਦਸੂਰਾ ਸੋਈ ਸੂਰਾ ਸੋਈ ਜੋ ਲੜੇ ਦੀਨ ਕਹੇ ਦਸੂਰਾ ਸੋਈ ਸੂਰਾ ਸੋਈ ਜੋ ਲੜੇ ਦੀਨ ਕਹੇ ਦਸੂਰਾ ਸੋਈ ਸੂਰਾ ਲੜੇ ਦੀਨ ਕਹੇ ਦਸੂਰਾ ਸੋਈ ਸੂਰਾ ਸੋਈ ਜੋ 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 ਲੜੇ ਦੀਨ ਕਹੇ ਦਸੂਰਾ ਸੋਈ ਸੂਰਾ ਸੋਈ ਬੋਲੇ ਦਸਵੇਂ ਪਾਤਸ਼ਾਹ ਹੱਥ ਖੰਡਾ ਫੜ ਕੇ 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 ਦਸ ਲੱਖ ਵੈਰੀ ਆ ਗਿਆ ਥੋੜੇ ਤੇ ਚੜ ਕੇ ਦਸ ਲੱਖ ਵੈਰੀ ਆ ਗਿਆ ਥੋੜੇ ਤੇ ਚੜ ਕੇ ਉਹ ਦਸ ਲੱਖ ਵੈਰੀ ਆ ਗਏ
ਤੁਹਾਡੇ ਤੇ ਚੜ ਕੇ ਤੁਸੀਂ ਕੱਲਾ ਕੱਲਾ ਸਵਾ ਲੱਖ ਨਾਲ ਦੱਸੋ ਲੜ ਕੇ ਕੱਲਾ ਕੱਲਾ ਸਵਾ ਲੱਖ ਨਾਲ ਦੱਸੋ ਲੜ ਕੇ ਕੱਲਾ ਕੱਲਾ ਸਵਾ ਲੱਖ ਨਾਲ ਦੱਸੋ ਲੜ ਕੇ ਸਵਾ ਲੱਖ ਨਾਲ ਦੱਸੋ ਲੜਕੇ ਕੱਲਾ ਕੱਲਾ ਸਵਾ ਲੱਖ ਨਾਲ ਦੱਸੋ ਲੜਕੇ ਮੈਂ ਦੇਖਾਂ ਤੁਹਾਡੀ ਵੀਰਤਾ ਬੁਰਜਾਂ ਤੇ ਖੜ ਕੇ ਦੇਖਾਂ ਤੁਹਾਡੀ ਵੀਰਤਾ ਬੁਰਜਾਂ ਤੇ ਖੜ ਕੇ ਮੈਂ ਦੇਖਾਂ ਤੁਹਾਡੀ ਵੀਰਤਾ ਬੁਰਜਾਂ ਤੇ ਖੜ ਕੇ ਦੇਖਾਂ ਤੁਹਾਡੀ ਵੀਰਤਾ ਬੁਰਜਾਂ ਤੇ ਚੜ ਕੇ ਤੁਹਾਡੀ ਵੀਰਤਾ ਬੁਰਜਾਂ ਤੇ ਖੜ ਕੇ ਦੇਖਾਂ ਤੁਹਾਡੀ ਵੀਰਤਾ ਬੁਰਜਾਂ ਤੇ ਖੜ ਕੇ ਬੋਲੇ ਦਾਸ ਨੇ ਪਾਤਸ਼ਾਹ ਹੱਥ ਖੱਟਾ ਫੜ ਕੇ ਬੋਲੇ ਦਾਸ ਨੇ ਪਾਤਸ਼ਾਹ ਹੱਥ ਖੱਟਾ ਫੜ ਕੇ ਉਹ ਬੋਲੇ ਦਾਸ ਨੇ ਪਾਤਸ਼ਾਹ ਹੱਥ ਖੰਡਾ ਫੜ ਕੇ 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 ਦਸ ਲੱਖ ਵੈਰੀ ਆ ਗਿਆ ਤੁਹਾਡੇ ਤੇ ਚੜ ਕੇ ਤੁਸੀਂ ਕੱਲਾ ਕੱਲਾ ਸਵਾ ਲੱਖ ਨਾਲ ਦੱਸੋ ਲੜ ਕੇ ਮੈਂ ਦੇਖਾਂ ਤੁਹਾਡੀ ਵੀਰਤਾ ਬੁਰਜਾਂ ਤੇ ਖੜ ਕੇ ਮਹਾਰਾਜ ਕਹਿੰਦੇ ਸਿੱਖੋ ਅੱਜ ਵੇਲਾ ਆ ਗਿਆ ਸ਼ਹੀਦੀਆਂ ਪਾਉਣ ਦਾ ਸਾਹਿਬਜ਼ਾਦਾ ਜੰਗ ਲੜਦਾ ਹੈ ਆ ਇੱਕ ਪੁਆਇੰਟ ਅੱਜ ਸੁਣ ਕੇ ਜਾਇਓ ਤੇ ਅੱਜ ਤੋਂ ਅਰਦਾਸ ਕਰਕੇ ਜਾਇਓ ਵੀ ਹੋਰ ਕੁਝ ਰਹਿ ਜੇ ਪਰ ਨਿਤਨੇਮ ਨਾ ਰਵੇ ਆਖੋ ਸਤਨਾਮ ਰੋਟੀ ਰਹਿ ਜੇ ਨਿਤਨੇਮ ਨਾ ਰਵੇ ਦਸਵੇਂ ਪਾਤਸ਼ਾਹ ਸਰਸਾ ਦੇ ਕੰਢੇ ਤੇ ਬੈਠੇ ਮਹਾਰਾਜ ਕਹਿੰਦੇ ਭਾਈ ਜੈ ਸਿੰਘ ਕੀ ਟਾਈਮ ਹੋ ਗਿਆ ਕਹਿੰਦੇ ਮਹਾਰਾਜ ਅੰਮ੍ਰਿਤ ਵੇਲਾ ਹੋ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਮਹਾਰਾਜ ਅੰਮ੍ਰਿਤ ਵੇਲਾ ਹੋ ਗਿਆ ਦਸਵੇਂ ਪਾਤਸ਼ਾਹ ਕਹਿੰਦੇ ਦਇਆ ਸਿੰਘ ਅੰਮ੍ਰਿਤ ਵੇਲੇ ਤਾਂ ਆਪਾਂ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਹੁੰਦੇ ਸੀ ਕਹਿੰਦੇ ਮਹਾਰਾਜ ਕੀ ਹੁਕਮ ਹੈ ਕਹਿੰਦੇ ਦਇਆ ਸਿੰਘ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰੋ ਕਹਿੰਦੇ ਮਹਾਰਾਜ ਇੱਕ ਪਾਸੇ ਜੰਗ ਹੋ ਰਹੀ ਹੈ ਇੱਕ ਪਾਸੇ ਸ਼ਹੀਦੀਆਂ ਹੋ ਰਹੀਆਂ ਸਾਹਿਬਜ਼ਾਦਾ ਲੜ ਰਿਹਾ ਹੈ ਤੇ ਮਹਾਰਾਜ ਤੁਸੀਂ ਕਹਿੰਦੇ ਆਸਾ ਦੀ ਵਾਰ ਲਾਓ ਪਾਲਕੀ ਅੱਗੇ ਲੈ ਲਓ ਭਾਈ ਢਾਡੀ ਸਿੰਘਾਂ ਵਾਲੀ ਟਰਾਲੀ ਬਿਲਕੁਲ ਮੋੜ ਤੇ ਕਰਕੇ ਰੋਕ ਲਓ ਦਸਵੇਂ ਪਾਤਸ਼ਾਹ ਕਹਿੰਦੇ ਦਇਆ ਸਿੰਘ ਜੇ ਅੱਜ ਆਸਾ ਦੀ ਵਾਰ ਲਾਉਂਦੇ ਸ਼ਹੀਦ ਵੀ ਹੋ ਜਾਈਏ ਨਾ ਤੇ ਸਸਤਾ ਹੀ ਸੌਦਾ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਮਹਾਰਾਜ ਨੇ ਫੇਰ ਵਾਹ ਕਲਗੀਆਂ ਵਾਲੇ ਆਸਾ ਦੀ ਵਾਰ ਦਾ ਸਤਿਗੁਰ ਦਰਬਾਰ ਸਜਾਇਆ ਆਸਾ ਦੀ ਵਾਰ ਦਾ ਸਤਿਗੁਰ ਦਰਬਾਰ ਸਜਾਇਆ ਆਸਾ ਦੀ ਵਾਰ ਦਾ
ਗੁਰ ਦਰਬਾਰ ਸਜਾਇਆ ਆਸਾ ਦੀਵਾਰ ਦਾ ਸਤਿਗੁਰ 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 ਦਰਬਾਰ ਸਜਾਇਆ 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 ਆਸਾ ਦੀਵਾਰ ਦਾ 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 ਸਤਿਗੁਰ ਦਰਬਾਰ ਸਜਾਇਆ ਬਾਰੇ ਪੁੱਤਰ ਚਾਰ ਗੁਰਾਂ ਦੇ ਯਾਦ ਵਿੱਚ ਸਰਹੰਦ ਗੁਜਰੀ ਸਮਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ ਚਾਰ ਲਾਲ ਦਿੱਤੇ ਪਰਮਾਤਮਾ ਨੇ ਜੋੜਾ ਜੋੜਾ ਕਰਕੇ ਉਹ ਬਿਮਾਰਿਆ ਮੈਂ ਸਿੰਘੋ ਸ਼ੈਨ ਸ਼ਾਹ ਮੈਨੂੰ ਮਤ ਆਖੋ ਸਿੰਘੋ ਸ਼ੈਨ ਸ਼ਾਹ ਮੈਨੂੰ ਮਤ ਆਖੋ ਕਿਸਤਾਂ ਨਾਲ ਤੇ ਕਰਜ ਉਤਾਰਿਆ ਮੈਂ ਯਾਦ ਕਰੋ ਉਪਕਾਰ ਗੁਰਾਂ ਦੇ ਯਾਦ ਕਰੋ 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 ਲਾਲਾਂ ਵਾਲੇ ਲਾਲਾਂ ਨੂੰ ਸਰਹੱਦ ਬਿਠਾ ਕੇ ਲਿਆਇਓ ਲਾਲਾਂ ਵਾਲਿਓ ਲਾਲਾਂ ਨੂੰ ਸਰਹੱਦ ਬਿਠਾ ਕੇ ਲਿਆਇਓ ਲਾਲਾਂ ਵਾਲੇ ਲਾਲਾਂ ਨੂੰ ਸਰਹੱਦ ਬਿਠਾ ਕੇ ਲਿਆਇਓ ਲਾਲਾਂ ਵਾਲਿਓ ਲਾਲਾਂ ਨੂੰ ਸਰਹੱਦ ਬਿਠਾ ਕੇ ਲਿਆਇਓ ਲਾਲਾਂ ਵਾਲਿਓ ਲਾਲਾਂ ਨੂੰ ਸਰਹੱਦ ਬਿਠਾ ਕੇ ਲਿਆਇਓ ਲਾਲਾਂ ਵਾਲਿਓ
ਲਾਲਾ ਨੂੰ ਸਰਹੰਦ ਦਿਖਾ ਕੇ ਲਿਆਇਓ, ਲਾਲਾ ਵਾਲਿਓ ਲਾਲਾ ਨੂੰ ਸਰਹੰਦ ਦਿਖਾ ਕੇ ਲਿਆਇਓ, ਲਾਲਾ ਵਾਲਿਓ ਲਾਲਾ ਨੂੰ ਸਰਹੰਦ ਦਿਖਾ ਕੇ ਲਿਆਇਓ, ਲਾਲਾ ਵਾਲਿਓ ਲਾਲਾ ਨੂੰ ਸਰਹੰਦ ਦਿਖਾ ਕੇ ਲਿਆਇਓ, ਲਾਲਾ ਵਾਲਿਓ ਲਾਲਾ ਨੂੰ ਸਰਹੰਦ ਦਿਖਾ ਕੇ ਲਿਆਇਓ, ਲਾਲਾ ਨੂੰ ਸਰਹੰਦ ਦਿਖਾ ਕੇ ਲਿਆਇਓ, ਲਾਲਾ ਵਾਲਿਓ ਲਾਲਾ ਨੂੰ ਸਰਹੰਦ ਦਿਖਾ ਕੇ ਲਿਆਇਓ, ਬੱਚਿਆਂ ਨੇ ਜਿੱਥੇ ਪਾਈ ਸ਼ਹੀਦੀ ਕੰਧ ਦਿਖਾ ਕੇ ਲਿਆਇਓ, ਬੱਚਿਆਂ ਨੇ ਜਿੱਥੇ ਪਾਈ ਸ਼ਹੀਦੀ ਕੰਧ ਦਿਖਾ ਕੇ ਲਿਆਇਓ, ਬੱਚਿਆਂ ਨੇ ਜਿੱਥੇ ਪਾਈ ਸ਼ਹੀਦੀ ਕੰਧ ਦਿਖਾ ਕੇ ਲਿਆਇਓ, ਬੱਚਿਆਂ ਨੇ ਜਿੱਥੇ ਪਾਈ ਸ਼ਹੀਦੀ ਕੰਧ ਦਿਖਾ ਕੇ ਲਿਆਇਓ, ਬੱਚਿਆਂ ਨੇ ਜਿੱਥੇ ਪਾਈ ਸ਼ਹੀਦੀ ਕੰਧ ਦਿਖਾ ਕੇ ਲਿਆਇਓ, ਬੱਚਿਆਂ ਨੇ ਜਿੱਥੇ ਪਾਈ ਸ਼ਹੀਦੀ ਕੰਧ ਦਿਖਾ ਕੇ ਲਿਆਇਓ, ਲਾਲਾ ਵਾਲਿਓ ਲਾਲਾ ਨੂੰ ਸਰਹੰਦ ਦਿਖਾ ਕੇ ਲਿਆਇਓ, ਲਾਲਾ ਵਾਲਿਓ ਲਾਲਾ ਸਰਹੰਦ ਦਿਖਾ ਕੇ ਲਿਆਇਓ, ਲਾਲਾ ਵਾਲਿਓ ਲਾਲਾ ਨੂੰ 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 ਸਰਹੰਦ ਦਿਖਾ ਕੇ ਲਿਆਇਓ, ਪਿਆਰਿਓ ਕਿਤੇ ਉਹ ਸਮਾਂ ਯਾਦ ਕਰਿਓ, ਬਾਜਾਂ ਵਾਲੇ ਸੱਚੇ ਪਾਤਸ਼ਾਹ ਤੈਨੇ ਸੱਚ ਪਰਿਵਾਰ ਵਿਛੜ ਗਿਆ, ਅੱਜ ਇਹਨਾਂ ਨੇ ਯਾਦ ਕੀਤਾ ਵੀ ਭਗਤੀ ਹੈ ਭਗਤੀ, ਆਪਾਂ ਯਾਦ ਕਰ ਰਹੇ ਹਾਂ ਉੱਥੇ ਹੀ ਪਹੁੰਚ ਜਾਂਦੇ ਹਾਂ, ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਦੇ ਨਾਲ ਕੁੰਮੇ ਮਾਸ਼ਕ ਦੀ ਝੁੱਗੀ ਦੇ ਵਿੱਚ ਜੋੜੇ ਪਾਣੀ 'ਚ ਰਹਿ ਗਏ, ਨੰਗੇ ਪੈਰੀ ਕੱਚ ਦੇ ਉੱਤੇ ਸੂਲਾਂ ਦੇ ਉੱਤੇ ਤੁਰੇ ਜਾਂਦੇ ਨੇ, ਜਿਹਨਾਂ ਨੂੰ ਕਿਤੇ ਗਲੀਚਿਆਂ ਤੋਂ ਪੈਰ ਨਹੀਂ ਲਾਉਣ ਦਿੱਤਾ, ਥੋੜ੍ਹਾ ਦੇਖ ਲਓ ਹਾਲਾਤ ਸਮਾਂ ਟਾਈਮ ਟਾਈਮ ਦੀ ਗੱਲ ਹੈ ਪਿਆਰਿਓ, ਜਿਹਨਾਂ ਨੂੰ ਗਲੀਚਿਆਂ ਤੋਂ ਪੈਰ ਨਹੀਂ ਲਾਉਣ ਦਿੱਤਾ, ਅੱਜ ਸਮਾਂ ਦੇਖ ਲਓ ਕੰਡਿਆਂ ਤੇ ਤੋਰੀ ਜਾਂਦਾ ਆਪਣੇ ਸਤਨਾਮ ਸ੍ਰੀ ਵਾਹਿਗੁਰੂ। ਮਾਤਾ ਗੁਜਰੀ ਦੋਵਾਂ ਨੂੰ ਐ ਨਾਲ ਤੋਰੀ ਜਾਂਦੀ, ਇੱਕ ਪਾਸੇ ਬਾਬਾ ਫਤਿਹ ਸਿੰਘ, ਇੱਕ ਪਾਸੇ ਬਾਬਾ ਜ਼ੋਰਾਵਰ ਸਿੰਘ, ਤੇ ਕੁੰਮੇ ਮਾਸ਼ਕੀ ਦੀ ਝੁੱਗੀ ਚ ਰਾਤ ਕੱਟੀ, ਇੱਕ ਵੱਖਰਾ ਇਤਿਹਾਸ ਹੈ, ਮੈਂ ਬੇਨਤੀ ਕੀਤੀ ਪੱਠਾ ਠੰਡਾ ਹੋ ਗਿਆ, ਕਿਸੇ ਨੇ ਜਾ ਕੇ ਨਿਹੰਗ ਖਾਂ ਨੂੰ ਦੱਸਿਆ ਕੋਟ ਲੋ ਨਿਹੰਗ ਖਾਂ, ਕਹਿੰਦੇ ਤੇਰੇ ਭੱਠੇ ਤੇ ਦਸਵੇਂ ਪਾਤਸ਼ਾਹ ਆ ਗਏ, ਆਖੋ ਸਤਨਾਮ ਵਾਹਿਗੁਰੂ, ਭੱਜਿਆ ਆਇਆ ਬੇਨਤੀ ਕਰਕੇ ਮਹਾਰਾਜ ਨੂੰ ਘਰੇ ਲੈ ਗਿਆ। ਆ ਦੇਖੋ ਪਿਆਰੇ, ਜਿਹਨਾਂ ਨੇ ਸੇਵਾ ਕਰਨੀ ਹੈ ਉਹ ਤਾਂ ਕਰ ਲੈਂਦੇ, ਆ ਮੈਂ ਰਾਸਤੇ 'ਚ ਦੇਖਦਾ ਸੀ ਕਈਆਂ ਨੇ ਦੁੱਧ ਛਕਾਇਆ ਪੰਜਾਂ ਪਿਆਰਿਆਂ ਨੂੰ, ਕਈਆਂ ਨੇ ਬਿਸਕੁਟਾਂ ਦੀ ਸੇਵਾ, ਜਿੰਨੀ ਕਿਸੇ ਦੀ ਸਮਰੱਥਾ, ਜਿਹਨਾਂ ਕੋਲ ਧਨ ਬਹੁਤ ਘੱਟ ਹੈ ਉਹਨਾਂ ਨੇ ਜਲ ਵਰਤਾਇਆ ਸੰਗਤਾਂ ਨੂੰ, ਕਿਸੇ ਨੇ ਕੁਛ ਵਰਤਾਇਆ, ਕਿਸੇ ਨੇ ਕੁਛ, ਇਹ ਪਿਆਰ ਦੀ ਸੇਵਾ ਹੈ ਪਿਆਰਿਓ, ਇਹ ਪ੍ਰੇਮ ਦੀ ਸੇਵਾ, ਪ੍ਰੇਮ ਦੀ
ਤੇ ਕੋਟਲਾ ਨੇ ਅੱਖਾਂ ਕਹਿੰਦਾ ਮਹਾਰਾਜ ਮੇਰੇ ਘਰੇ ਚੱਲੋ ਚਰਨ ਪਾਓ। ਬਾਜਾਂ ਵਾਲੇ ਸਤਿਗੁਰ ਕਹਿੰਦੇ ਕੋਟਲਾ ਨੇ ਅੱਖਾਂ ਸਾਡੇ ਮਗਰ ਫੌਜਾਂ ਲੱਗੀਆਂ ਤੇਰਾ ਬੱਚਾ ਬੱਚਾ ਪੀੜ ਦੇਣ। ਅੱਖਾਂ 'ਚ ਹੰਝੂ ਆ ਗਏ ਬਾਜਾਂ ਵਾਲਿਆ ਅਸੀਂ ਤਾਂ ਰੋਜ਼ ਅਰਦਾਸਾਂ ਕਰਦੇ ਹਾਂ ਕਿਤੇ ਸਮਾਂ ਮਿਲ ਜੇ ਕਿਤੇ ਸਮਾਂ ਆ ਜੇ ਜਿੰਦ ਲੱਗ ਜੇ ਗੁਰਾਂ ਦੇ ਲੇਖੇ ਟੋਟੇ ਟੋਟੇ ਹੋ ਜੇ ਜ਼ਿੰਦਗੀ ਲੱਗ ਜੇ ਗੁਰਾਂ ਦੇ ਲੇਖੇ ਟੋਟੇ ਟੋਟੇ ਹੋ ਜੇ ਜ਼ਿੰਦਗੀ ਜਿੰਦ ਲੱਗ ਜੇ ਗੁਰਾਂ ਦੇ ਲੇਖੇ ਟੋਟੇ ਟੋਟੇ ਹੋ ਜੇ ਜ਼ਿੰਦਗੀ ਜਿੰਦ ਲੱਗ ਜੇ ਗੁਰਾਂ ਦੇ ਟੋਟੇ ਟੋਟੇ ਹੋ ਜੇ ਜ਼ਿੰਦਗੀ ਜਿੰਦ ਲੱਗ ਜੇ ਗੁਰਾਂ ਦੇ ਲੇਖੇ ਟੋਟੇ ਟੋਟੇ ਹੋ ਜੇ ਜ਼ਿੰਦਗੀ ਜਿੰਦ ਲੱਗ ਜੇ ਗੁਰਾਂ ਦੇ ਲੇਖੇ ਟੋਟੇ ਟੋਟੇ ਹੋ ਜੇ ਜ਼ਿੰਦਗੀ। ਪਿਆਰੇ ਉਹ ਮਹਾਰਾਜ ਨੂੰ ਘਰੇ ਲੈ ਗਿਆ ਕਿਸੇ ਨੇ ਚੁਗਲੀ ਕਰਤੀ ਫੌਜਾਂ ਇਕੱਠੀਆਂ ਹੋ ਗਈਆਂ। ਭਾਈ ਬਚਿੱਤਰ ਸਿੰਘ ਇੱਕ ਕਮਰੇ ਚ ਮਹਾਰਾਜ ਇੱਥੋਂ ਚਲੇ ਗਏ ਤੇ ਬੀਬੀ ਮੁਮਤਾਜ ਉਸ ਕਮਰੇ ਚ ਭਾਈ ਬਚਿੱਤਰ ਸਿੰਘ ਦੀ ਸੇਵਾ ਕਰਦੀ ਜਖਮ ਸਾਫ ਕਰਦੀ। ਭਾਈ ਬਚਿੱਤਰ ਸਿੰਘ ਸ਼ਹੀਦ ਹੋ ਗਏ ਸੀ ਤੇ ਜਦੋਂ ਆਏ ਨਾ ਸਾਧ ਸੰਗਤ ਜੀ ਜ਼ਾਲਮ ਕਹਿੰਦੇ ਤਲਾਸੀ ਘਰ ਦੀ ਲੈਣੀ ਹੈ। ਕੋਟਲਾ ਨੇ ਆਖਾਂ ਕਹਿੰਦੇ ਤਲਾਸੀ ਲਓ। ਜਦੋਂ ਤਲਾਸੀ ਲੈਣ ਲੱਗੇ ਜਿੱਥੇ ਭਾਈ ਬਚਿੱਤਰ ਸਿੰਘ ਤੇ ਬੀਬੀ ਮੁਮਤਾਜ ਸੀ ਉਸ ਕਮਰੇ ਮੂਹਰੇ ਕੋਟਲਾ ਨੇ ਅੱਖਾਂ ਕਿਰਪਾਨ ਲੈ ਕੇ ਖੜ ਗਏ। ਕਹਿੰਦੇ ਵੀ ਕੀ ਗੱਲ ਹੈ ਕਮਰੇ 'ਚ ਤੇਰਾ ਸੋਨਾ ਹੈ ਮਾਇਆ। ਕੋਟਲਾ ਨੇ ਅੱਖਾਂ ਕਹਿੰਦਾ ਮਾਇਆ ਨੀ ਸੋਨਾ ਨੀ ਇੱਥੇ ਮੇਰੇ ਧੀ ਦੇ ਜਵਾਈ ਆਏ ਹੋਏ ਨੇ ਆਖ ਸਤਨਾਮ। ਉਹਨਾਂ ਨੇ ਬਾਰ ਖੋਲ੍ਹ ਕੇ ਦੇਖਿਆ ਤੇ ਬੀਬੀ ਮੁਮਤਾਜ ਸੇਵਾ ਕਰ ਰਹੀ ਸੀ ਪਿੱਛੇ ਮੁੜੇ ਤੇ ਬੀਬੀ ਮੁਮਤਾਜ ਦੇਖ ਲਓ ਕਿੰਨੇ ਸੈਨਕੀ ਲੋਕ ਹੋਣਗੇ। ਬੀਬੀ ਮੁਮਤਾਜ ਨੇ ਸਾਰੀ ਜ਼ਿੰਦਗੀ ਨਿਕਾਹ ਨਹੀਂ ਕਰਾ। ਕਹਿਣ ਲੱਗੀ ਪਿਤਾ ਮੇਰਾ ਹੁਣ ਨਿਕਾਹ ਨਾ ਕਰਾਈ ਮੈਂ ਭਾਈ ਬਚਿੱਤਰ ਸਿੰਘ ਦੀ ਤੂੰ ਮੋਝੋ ਕੱਢ ਦਿੱਤਾ ਧੀ ਤੇ ਜਵਾਈ ਪਏ ਨੇ ਮੈਨੂੰ ਸ਼ਹੀਦ ਦੇ ਘਰ ਵਾਲੀ ਬਣਾ ਕੇ ਹੁਣ ਮੇਰਾ ਨਿਕਾਹ ਨਾ ਕਰਾਈ। ਸਾਰੀ ਜ਼ਿੰਦਗੀ ਬੀਬੀ ਮੁਮਤਾਜ ਨੇ ਕੱਟੀ ਅੱਜ ਗੁਰਦੁਆਰਾ ਬਣਿਆ ਬੀਬੀ ਮੁਮਤਾਜ ਦੇ ਨਾਂ ਤੇ। ਪਿਆਰੋ ਯਾਦ ਕਰੋ ਉਸ ਸਮੇਂ ਨੂੰ ਆਓ ਆਪਾਂ ਹੁਣ ਸਥਾਨ ਤੇ ਪਹੁੰਚ ਗਏ ਹਾਂ। ਅਗਲੇ ਸਾਲ ਫਿਰ ਅਰਦਾਸ ਕਰੋ ਐਂ ਇਕੱਠੇ ਹੋ ਕੇ ਮਹਾਰਾਜ ਦੇ ਗੁਣ ਗਾਈਏ। ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਣਗੀਆਂ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਣਗੀਆਂ ਓ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਣਗੀਆਂ 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 ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਣਗੀਆਂ ਓ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਜੁਗੋ
ਪੰਥ ਤਰੇ ਦੀਆਂ ਗੂੰਜਾਂ ਜੁਗੋਂ ਜੁਗ ਪੈਣਗੀਆਂ। ਝੂਲ ਦੇ ਨਿਸ਼ਾਨ ਰਹਿਣ ਲੱਗਦੇ ਦੀਵਾਨ ਰਹਿਣ, ਝੂਲ ਦੇ ਨਿਸ਼ਾਨ ਰਹਿਣ ਲੱਗਦੇ ਦੀਵਾਨ ਰਹਿਣ, ਝੂਲ ਤੇ 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 ਨਿਸ਼ਾਨ ਰਹਿਣ ਲੱਗਦੇ ਦੀਵਾਨ ਰਹਿਣ, ਗਾਵ ਤੇ ਸੁਜਾਨ ਰਹਿਣ ਪੰਥ ਮਹਾਰਾਜ ਕੇ, ਗਾਵ ਤੇ ਸੁਜਾਨ ਰਹਿਣ ਪੰਥ ਮਹਾਰਾਜ ਕੇ, ਗਾਵ ਤੇ ਸੁਜਾਨ ਪੰਥ ਮਹਾਰਾਜ ਕੇ, ਪੰਥ ਮਹਾਰਾਜ ਕੇ, ਪੰਥ ਮਹਾਰਾਜ ਕੇ, ਜਨਮ ਗੁਰਾਂ ਦਾ ਪਟਨੇ ਸਾਹਿਬ ਦਾ ਆਨੰਦਪੁਰ ਡੇਰੇ ਲਾਏ, ਸੰਗਤੇ ਆਨੰਦਪੁਰ ਡੇਰੇ ਲਾਏ, ਜਨਮ ਗੁਰਾਂ ਦਾ ਪਟਨੇ ਸਾਹਿਬ ਦਾ ਆਨੰਦਪੁਰ ਡੇ ਸੰਗਤੇ ਆਨੰਦਪੁਰ ਡੇਰੇ ਲਾਏ, ਜਨਮ ਗੁਰਾਂ ਦਾ ਪਟਨ ਸਾਹਿਬ ਦਾ ਆਨੰਦਪੁਰ ਡੇਰੇ ਲਾਏ, ਨੀ ਸੰਗਤੇ ਆਨੰਦਪੁਰ ਡੇਰੇ ਲਾਏ, ਆਪ ਗੁਰਾਂ ਨੇ ਕਿਰਪਾ ਕੀਤੀ ਪੰਥ ਸਜਾਵਣ ਆਏ, ਆਪ ਗੁਰਾਂ ਨੇ ਕਿਰਪਾ ਕੀਤੀ ਪੰਥ ਸਜਾਵਣ ਆਏ, ਨੀ ਸੰਗਤੇ ਪੰਥ ਸਜਾਵਣ ਆਏ, ਆਪ ਗੁਰਾਂ ਨੇ ਕਿਰਪਾ ਕੀਤੀ ਪੰਥ ਸਜਾਵਣ ਆਏ, ਨੀ ਸੰਗਤੇ ਪੰਥ ਸਜਾਵਣ ਆਏ, ਸਾਜੇ ਗੁਰਾਂ ਨੇ ਪੰਜ ਪਿਆਰੇ ਛੇਵੇਂ ਆਪ ਸੁਹਾਏ, ਛੇਵੇਂ ਆਪ ਸੁਹਾਏ, ਸਾਜੇ ਗੁਰਾਂ ਨੇ ਪੰਜ ਪਿਆਰੇ ਛੇਵੇਂ ਆਪ ਸੁਹਾਏ, ਕੀ ਸੰਗਤੇ ਪੰਡੇ।
ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਵਾਹਿਗੁਰੂ ਜੀ ਕਾ ਖਾਲਸਾ।